ਆ ਵਰਕਾ ਭਰਿਆ ਪਿਆ ਜਿਹੜਾ ਤੁਸੀਂ ਮੈਨੂੰ ਲਿਖ ਕੇ ਦਿੱਤਾ, ਇੰਨੇ ਗੀਤ ਗਾਏ ਗਏ ਹੋਣ, ਇੰਨੇ ਗੀਤ ਮਕਬੂਲ ਹੋਏ ਹੋਣ ਤੇ ਗੁਰਨਾਮ ਗਾਮਾ ਹਸਪਤਾਲ ਦੇ ਵਿੱਚ ਪਿਆ ਹੋਵੇ, ਉਹਨੂੰ ਕੋਈ ਦੇਖਣ ਨਾ ਆਵੇ, ਉਹਦੇ ਵਿੱਚ ਆਪਦੀਆਂ ਗਲਤੀਆਂ ਕਿੰਨੀਆਂ ਕੁ ਮੰਨਦੇ ਹੋ ਤੇ ਗਾਇਕਾਂ ਦੀ ਕਿੰਨੀ ਕੁ ਅਵੇਸਲੇਪਣ ਵਾਲੀ ਜਿਹੜੀ ਆਦਤ ਆ ਉਹਨੂੰ ਮੰਨਦੇ ਜ਼ਿੰਮੇਵਾਰ? ਜਿਹੜੇ ਕਲਾਕਾਰਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਕੋਈ ਆਇਆ ਨੀ, ਉੱਥੇ ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਵੀ ਮੇਰੇ ਦੁੱਖ ਦਾ ਤਮਾਸ਼ਾ ਨਾ ਬਣਾਓ ਦੋਸਤੋ, ਮੈਨੂੰ ਦੁਨੀਆਂ ਦਾ ਹਾਸਾ ਨਾ ਬਣਾਓ। ਪਰ ਲੋਕ ਇਹ ਗੱਲ ਕਹਿੰਦੇ ਦਾਰੂ ਬਥੇਰੀ ਪੀਤੀ, ਫੀਮ ਬਥੇਰੀ ਖਾ ਲੈਂਦੇ ਆ, ਭੁੱਕੀ ਬਥੇਰੀ ਖਾਂਦੇ ਰਹੇ, ਉਹਦੇ ਕਰਕੇ ਇਹਨਾਂ ਨੇ ਆਪਦੀ ਸਿਹਤ ਨੂੰ ਗਾਲ ਲਿਆ। ਜਿਹੜਾ ਚਾਹ ਨਹੀਂ ਸੀ ਪੀਂਦਾ ਕਿਉਂ ਕਰ ਰਿਹਾ ਯਾਰ? ਇਹਦਾ ਕਾਰਨ ਕੀ ਹੈ? ਕੀ ਸੀ ਇਹਦਾ ਬਣਦਾ ਹੱਕ ਇਹਨੂੰ ਮਿਲ ਰਿਹਾ ਹੈ? ਕੀ ਇਹਨੂੰ ਜਿਹੜਾ ਜਿਹੜਾ ਮੁਕਾਮ ਮਿਲਣਾ ਚਾਹੀਦਾ ਉਹ ਮਿਲ ਰਿਹਾ? ਇਹ ਜਿਹੜੇ ਤੁਹਾਡੇ ਗੀਤਾਂ ਦੇ ਵੇਰਵੇ ਮੈਂ ਸਾਂਝੇ ਕੀਤੇ ਆ, ਇਹਨਾਂ ਗੀਤਾਂ ਰਾਹੀਂ ਗੁਰਨਾਮ ਗਾਮਾ ਮੂਹਰੇ ਆਇਆ? ਹਾਂ ਮੂਹਰੇ ਆਇਆ, ਲੇਕਿਨ ਜਿਵੇਂ ਆਉਣਾ ਚਾਹੀਦਾ ਸੀ ਉਵੇਂ ਨਹੀਂ ਆਇਆ। ਜਿੰਨੇ ਗਾਣੇ ਤੁਹਾਡੇ ਹਿੱਟ ਹੋਏ ਤੇ ਇਹ ਤਾਂ ਜਿਹੜੇ ਗਾਇਕ ਨੇ ਉਹਨਾਂ ਦੇ ਨਾਲ ਨਾਲ ਤੁਹਾਡਾ ਨਾਮ ਵੀ ਤਾਂ ਲੋਕਾਂ ਦੀ ਜ਼ੁਬਾਨ ਦੇ ਉੱਪਰ ਆਇਆ ਵੀ ਇੱਕ ਗੀਤਕਾਰ ਗਮ ਹੈ, ਉਹਦੇ ਗਾਣੇ ਬਹੁਤ ਸੋਹਣੇ, ਉਹਦੀ ਕਲਮ ਬਹੁਤ ਸੋਹਣੀ ਹੈ, ਤੇ ਫੇਰ ਪਛਤਾਵਾ ਕਿਸ ਚੀਜ਼ ਦਾ ਹੈ? ਕੋਈ ਪਛਤਾਵਾ ਨਹੀਂ। ਆਈਨ ਟੱਚ ਕੰਪਨੀ ਦੇ ਨਾਲ ਤੁਸੀਂ ਦੋਵੇਂ ਭਰਾਵਾਂ ਨੇ ਬਹੁਤ ਲੰਮਾ ਸਮਾਂ ਮਿਲ ਕੇ ਕੰਮ ਕੀਤਾ ਰੂਬੀ ਬਾਈ ਹੋਰਾਂ ਦੇ ਨਾਲ। ਜੀ ਜੀ। ਉਹ ਤੁਹਾਨੂੰ ਪਰ ਪ੍ਰੋਜੈਕਟ ਪਰ ਕੈਸੇਟ ਪੈਸੇ ਦਿੰਦੇ ਹੁੰਦੇ ਸੀ, ਪ੍ਰਤੀ ਕੈਸੇਟ ਦੇ ਹਿਸਾਬ ਨਾਲ? ਬਿਲਕੁਲ ਬਿਲਕੁਲ। ਉਸ ਤੋਂ ਇਲਾਵਾ ਜਿਹੜੇ ਕਲਾਕਾਰ ਗੀਤ ਗਾਉਂਦੇ ਸੀ ਗਾਣਾ ਹਿੱਟ ਹੋਣ ਤੋਂ ਬਾਅਦ, ਮਕਬੂਲ ਹੋਣ ਤੋਂ ਬਾਅਦ, ਉਹ ਵੀ ਤੁਹਾਨੂੰ ਹੱਥ ਝਾੜ ਜਾਂਦੇ ਸੀ ਵੀ ਆ ਲੈ ਗਾਮੇ ਰੱਖ ਲਾ? ਕੋਈ ਮਤਲਬ ਹੱਥ ਝਾੜਨ ਵਾਲੀ ਗੱਲ ਤਾਂ ਕੋਈ ਗੀਤਾਂ ਦੇ ਪੈਸੇ ਦਿੱਤੇ ਹੋਣ ਉਹ ਨਹੀਂ ਕਹਿ ਸਕਦਾ ਕੋਈ। ਮੰਨ ਲਓ ਤੁਹਾਨੂੰ ਕਿਸੇ ਵੀ ਕੰਪਨੀ ਨੇ ਪੈਸੇ ਦਿੱਤੇ ਵੀ ਆਹ ਤੁਹਾਡੇ ਕੋਲੋਂ ਕੰਮ ਲਿਆ ਤੇ ਤੁਹਾਨੂੰ ਉਹਦਾ ਮਿਹਨਤ ਨਾ ਇੰਨਾ ਦਿੱਤਾ ਜੀ, ਫਿਰ ਤਾਂ ਗੱਲ ਹੀ ਮੁੱਕ ਗਈ, ਸ਼ਿਕਵਾ ਖਤਮ ਹੋ ਗਿਆ, ਮਿਹਨਤ ਮਿਲ ਗਈ। ਉਸ ਤੋਂ ਬਾਅਦ ਫਿਰ ਸ਼ਿਕਵਾ ਕਿਹੜੀ ਗੱਲ ਦਾ ਸ਼ੁਰੂ ਹੁੰਦਾ? ਨਹੀਂ ਸ਼ਿਕਵਾ ਕਿਹੜੇ ਤਰੀਕੇ ਨਾਲ ਕਹਿ ਰਹੇ ਹੋ ਤੁਸੀਂ? ਮੰਨ ਲਓ ਆਪਾਂ ਨੂੰ ਕਲਾਕਾਰਾਂ ਨੇ ਹੱਕ ਨਹੀਂ ਦਿੱਤਾ, ਤੁਸੀਂ ਕਹਿ ਰਹੇ ਸੀ ਨਾ ਕਿ ਜਿਹੜੇ ਕਲਾਕਾਰ ਕੌਣ ਹੁੰਦੇ ਹੱਕ ਦੇਣ ਵਾਲੇ? ਗੀਤ ਕਿਸੇ ਵੀ ਬੰਦਿਸ਼ ਦਾ ਮੁਹਤਾਜ ਨਹੀਂ ਹੁੰਦਾ ਟਿੰਨਾ ਸਾਹਿਬ, ਕਿਸੇ ਕਲਾਕਾਰ ਨੂੰ ਕਿਸੇ ਕਲਾਕਾਰ ਦੀ ਜ਼ਰੂਰਤ ਹੀ ਨਹੀਂ ਗੀਤ ਨੂੰ। ਅੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਅੱਜ ਤਾਂ ਤੁਸੀਂ ਸੁੱਖ ਨਾਲ ਆਪਣੇ ਪਿੰਡਾਂ ਵੱਲ ਨੂੰ ਥੋੜਾ ਜਿਹਾ ਨੇੜੇ ਜੇ ਹੋਏ ਹੋ। ਬਿਲਕੁਲ ਜੀ, ਮੈਂ ਆਪਦੇ ਪਿੰਡਾਂ ਦੇ ਵੱਲ ਨੂੰ ਹੋਇਆ ਜੀ, ਤੇ ਆਪਦੇ ਪਿੰਡਾਂ ਦੇ ਵੱਲ ਹੋਣ ਦਾ ਸਭ ਨੂੰ ਚਾਅ ਵੀ ਹੁੰਦਾ ਜੀ, ਤੇ ਤੁਸੀਂ ਦੇਖੋ ਨਾ ਕਿੰਨਾ ਖੂਬਸੂਰਤ ਨਜ਼ਾਰਾ। ਵਾਕਈ ਇਧਰੋਂ ਦਰਖਤ ਦੇ ਉੱਤੋਂ ਆਵਾਜ਼ਾਂ ਆ ਰਹੀਆਂ ਪੰਛੀਆਂ ਦੀਆਂ, ਮਗਰਲੇ ਪਾਸਿਓਂ ਇੱਕ ਕੋਈ ਧੂਹ ਪਾਉਂਦਾ ਗਾਣਾ ਚੱਲ ਰਿਹਾ ਸੀਗਾ। ਸੋ ਇਹ ਸਾਡੇ ਪਿੰਡਾਂ ਦਾ ਰੂਪ ਆ, ਇਹ ਸਾਡੇ ਪਿੰਡਾਂ ਦੇ ਵਿੱਚ ਸੁਣਨ ਦੇ ਸਵਾਦ ਆ, ਇਹ ਕੁਦਰਤ ਦੇ ਨਾਲ ਇੱਕ ਮਿਕ ਰਹਿਣ ਦੀ ਚਾਹਤ ਆ। ਦੇਖੋ ਕਿੰਨੇ ਪੰਛੀ ਆ, ਕਿੰਨੇ ਦਰਖਤ ਆ, ਮੈਨੂੰ ਤਾਂ ਪੂਰਾ ਸਵਾਦ ਆ ਰਿਹਾ ਜਿਵੇਂ ਆਪਦੇ ਘਰੇ ਬੈਠਾ ਹੋਵਾਂ। ਸੱਚੀ ਬਹੁਤ ਜ਼ਿਆਦਾ ਚੰਗਾ ਲੱਗਿਆ ਇੱਥੇ ਆ ਕੇ, ਆਲੇ ਦੁਆਲੇ ਬਹੁਤ ਜ਼ਿਆਦਾ ਹਰਿਆਲੀ ਹੈ, ਲੋਕ ਬੜੇ ਚੰਗੇ ਨੇ, ਤੇ ਜੋ ਇਹ ਪੰਛੀਆਂ ਦਾ ਸੰਗੀਤ ਕੰਨਾਂ ਦੇ ਵਿੱਚ ਪੈ ਰਿਹਾ ਹੈ ਵਾਕਈ, ਉਹ ਕਹਿੰਦੇ ਨਾ ਖੰਡ ਮਿਸ਼ਰੀ ਘੋਲਦਾ। ਬਿਲਕੁਲ ਜੀ, ਅਸੀਂ ਇਸ ਵਕਤ ਬੈਠੇ ਹੈਗੇ ਪਿੰਡ ਧੂੜਕੋਟ ਦੇ ਵਿੱਚ, ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ। ਇਸ ਪਿੰਡ ਦੇ ਵਿੱਚ ਕਈ ਗੀਤਕਾਰ ਹੋਏ ਆ, ਕਈ ਕਲਾਵਾਨ ਲੋਕ ਹੋਏ ਆ, ਪਰ ਉਹਦੇ ਵਿੱਚੋਂ ਦੋ ਜਿਹੜੇ ਭਰਾ ਨੇ, ਸਕੇ ਭਰਾ, ਇੱਕ ਗੁਰਨਾਮ ਗਾਮਾ, ਦੂਜੇ ਸ਼ਹਿਬਾਜ਼, ਇਹਨਾਂ ਦੇ ਗੀਤਾਂ ਦੀ ਜੇਕਰ ਗਿਣਤੀ ਕਰਨੀ ਹੋਵੇ ਨਾ, ਤੇ ਮੂੰਹ ਜ਼ਬਾਨੀ ਕਈ ਵਾਰ ਗੀਤ ਉਹਨੇ ਚੇਤੇ ਨਹੀਂ ਰਹਿੰਦੇ, ਇਸ ਕਰਕੇ ਤੁਹਾਡੇ ਹੱਥ 'ਚ ਵੀ ਵਰਕਾ ਤੇ ਮੇਰੇ ਕੋਲੇ ਵੀ ਵਰਕਾ ਜੀ। ਸੋ ਪਿਛਲੇ ਕਈ ਦਿਨਾਂ ਤੋਂ ਗੁੰਮਨਾਮੀ ਦੀਆਂ ਖਬਰਾਂ ਆ ਰਹੀਆਂ ਸੀ, ਪਿਛਲੇ ਕਈ ਦਿਨਾਂ ਤੋਂ ਮੈਡੀਕਲ ਦੇ ਵਿੱਚ ਵੱਖ ਵੱਖ ਹਸਪਤਾਲਾਂ ਦੇ ਵਿੱਚ ਗੁਰਨਾਮ ਗਾਮਾ ਦੇ ਦਾਖਲ ਹੋਣ ਦੀਆਂ ਖਬਰਾਂ ਆ ਰਹੀਆਂ ਸੀ, ਉਹਨਾਂ ਨੂੰ ਕਾਲੇ ਪੀਲੀਏ ਨੇ ਘੇਰਿਆ ਹੋਇਆ, ਡਾਕਟਰਾਂ ਨੇ ਕਈ ਵਾਰ ਜਵਾਬ ਵੀ ਦਿੱਤਾ, ਕੁਝ ਕੁ ਲੋਕਾਂ ਨੇ ਮਦਦ ਵੀ ਕੀਤੀ, ਉਹ ਇਸ ਵਕਤ ਬੋਲਣ ਦੇ ਸਮਰੱਥ ਆ। ਅਸੀਂ ਇਹ ਸੋਚਿਆ ਕਿ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ, ਉਹਨਾਂ ਦੇ ਬਲਬਲੇ ਜਿਹੜੇ ਉਹ ਸਾਂਝੇ ਹੋਣੇ ਚਾਹੀਦੇ ਦਰਸ਼ਕਾਂ ਦੇ ਨਾਲ। ਸੋ ਪਹਿਲਾਂ ਤੁਸੀਂ ਆਪਣਾ ਵਰਕਾ ਸਾਂਝਾ ਕਰੋ ਜੀ, ਬਈ ਜਿਹੜੇ ਇਹ ਗੀਤਾਂ ਦੇ ਬੋਲ ਆ ਨਾ, ਅਸੀਂ ਸ਼ਹਿਬਾਜ਼ ਨੂੰ ਜਾਣਦੇ ਆ, ਪਰ ਹੋ ਸਕਦਾ ਨਵੇਂ ਪੂਰ ਦੇ ਕਈ ਦਰਸ਼ਕ ਨਾ ਜਾਣਦੇ ਹੋਣ ਜਾਂ ਘੱਟ ਜਾਣਦੇ ਹੋਣ ਜੀ, ਜਾਂ ਫਿਰ ਇਹ ਹੋ ਸਕਦਾ ਵੀ ਜਦੋਂ ਗੀਤਾਂ ਦੇ ਬੋਲ ਦੱਸਾਂਗੇ ਤੇ ਫਿਰ ਜ਼ਰੂਰ ਪਤਾ ਲੱਗ ਜਾਊਗਾ ਵੀ ਅੱਛਾ ਇਹ ਉਹ ਸ਼ਹਿਬਾਜ਼ ਆ, ਹੈ ਨਾ। ਸੋ ਸਾਰੇ ਗੀਤ ਬਹੁਤ ਜ਼ਿਆਦਾ ਮਕਬੂਲ ਹੋਏ, ਤੇ ਜੇ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਨੈਣ ਨੈਣਾ ਨਾਲ ਮਿਲਾ ਲਈ, ਭੇਤ ਖੁੱਲ ਜੂਗਾ ਸਾਰਾ, ਛੱਤਰ ਗਿੱਲ ਹੋਰਾਂ ਨੇ ਗਾਇਆ ਸੀ, ਹੈ ਨਾ। ਉਸ ਤੋਂ ਬਾਅਦ ਸਾਡੀ ਗੱਲ ਹੋਰ, ਅਸੀਂ ਕੀਤਾ ਹੈ
ਪਿਆਰ ਇਹ ਵੀ ਉਹਨਾਂ ਦਾ ਨਛੱਤਰ ਗਿਰ ਹੋਰਾਂ ਦਾ ਗਾਇਆ ਹੋਇਆ ਗੀਤ ਸੀ। ਉਸ ਤੋਂ ਅੱਗੇ ਮੇਰੀ ਮੁਮਤਾਜ਼ ਬੇਵਫਾ ਹੈ ਮੈਂ ਤਾਜ ਬਣਾਵਾਂ ਕਿਹਦੇ ਲਈ ਜੀ। ਉਸ ਤੋਂ ਅੱਗੇ ਜਿਹੜਾ ਸੀ ਉਹ ਸੀ ਖੱਤ ਮੋੜ ਕੇ ਕਹਿਣੀ ਹੈ ਖੱਤ ਮੇਰੇ ਦੇ ਜਾਵੀ ਹਾਂ ਦਿਲ ਤੋੜ ਕੇ ਕਹਿਣੀ ਹੈ ਗੱਲ ਦਿਲ ਤੇ ਨਾ ਲਾਵੀ। ਬਿਲਕੁਲ ਸਹੀ ਇਹ ਹਰਭਜਨ ਸ਼ੇਰਾ ਹੋਰਾਂ ਨੇ ਗੀਤ ਗਾਇਆ ਸੀ ਤੇ ਉਸ ਤੋਂ ਅੱਗੇ ਦਿਲ ਦਾ ਦਰਦ ਫਿਰ ਮੱਥੇ ਦੀਆਂ ਲਿਖੀਆਂ ਫਿਰੋਜ਼ ਖਾਨ ਹੋਰਾਂ ਨੇ ਇਹ ਵੀ ਗੀਤ ਗਾਇਆ ਸੀ। ਸੋ ਏਦਾਂ ਹੀ ਇਹ ਸੂਚੀ ਬੇਹੱਦ ਲੰਮੀ ਹੈ ਤੇ ਇਹ ਸਾਰੇ ਦੇ ਸਾਰੇ ਗਾਣੇ ਜਿਹੜੇ ਹਰਮਨ ਜੀ ਤੁਸੀਂ ਸਾਂਝੇ ਕੀਤੇ ਆ ਇਹ ਸ਼ਹਿਬਾਜ਼ ਹੋਰਾਂ ਦੇ ਲਿਖੇ। ਬਿਲਕੁਲ ਸਹੀ ਤੇ ਜਿਹੜੇ ਗੁਰਨਾਮ ਗਾਮੇ ਦੇ ਲਿਖੇ ਹੋਏ ਗੀਤ ਆ ਉਹ ਮੈਂ ਬਾਅਦ ਦੇ ਵਿੱਚ ਸਾਂਝਾ ਕਰਦਾ ਪਰ ਪਹਿਲਾਂ ਆਪਾਂ ਗੁਰਨਾਮ ਗਾਮਾ ਤੇ ਸ਼ਹਿਬਾਜ਼ ਦਾ ਸਵਾਗਤ ਕਰ ਲਈਏ ਜੀ। ਜ਼ਰੂਰ ਬਾਈ ਜੀ ਤੁਹਾਡਾ ਦਾ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਜੀ ਹਰਮਨ ਜੀ ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਡੇ ਤੇ ਕਰਿਆ ਜ਼ਿੰਦਾਬਾਦ ਹੋ ਬਹੁਤ ਅੱਛੀ ਹੁਣ ਅੱਛੀ ਹੈ ਲੇਕਿਨ ਵਕਤ ਨਾਲ ਥੋੜਾ ਇਧਰ ਉਧਰ ਹੁੰਦਾ ਰਹਿੰਦਾ ਲੇਕਿਨ ਮੈਂ ਉਸ ਗੱਲ ਨਾਲ ਗੱਲ ਜੋੜਨੀ ਚਾਹੁੰਦਾ ਪਿੰਡਾਂ ਵਾਲੀ ਗੱਲ ਨਾਲ ਕਿਉਂਕਿ ਬੜੇ ਵਾਰੀ ਤੁਹਾਨੂੰ ਵੀ ਸ਼ਾਇਦ ਆਖਿਆ ਹੈ ਵੀ ਚੰਦਰੇ ਸਮੇਂ 'ਚ ਥੋੜ੍ਹਾ ਸਮਾਂ ਕੱਢ ਕੇ ਰਮਨ ਸੁਣਿਓ ਵੈਰੀ ਸਾਰੇ ਸ਼ਹਿਰ ਦੇ ਰਜੇਵੇਂ ਛੱਡ ਕੇ ਪੁਰਾਣੀ ਪੈੜੀ ਹਿੰਡ ਸੁਣਿਓ ਆਹੋ ਕਦੇ ਮਿੱਤਰਾਂ ਦੇ ਪਿੰਡ ਸੁਣਿਓ ਘੜੀ ਪਲ ਤੂਤਾਂ ਵਾਲੇ ਖੇਤ ਜਾਵਾਂਗੇ ਫਸਲਾਂ ਨੂੰ ਗਿੱਧਾ ਪਾਉਂਦੇ ਵੇਖਾਵਾਂਗੇ ਸੱਥ 'ਚ ਵੀ ਬੈਠ ਲਾਂਗੇ ਪਿੰਡ ਸੁਣਿਓ ਆਹੋ ਕਦੇ ਮਿੱਤਰਾਂ ਦੇ ਪਿੰਡ ਸੁਣਿਓ ਕਿ ਅੱਜ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਪ੍ਰਾਈਮ ਏਸ਼ੀਆ ਟੀ ਵੀ ਦੇਖਦੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਰੇ ਦਰਸ਼ਕ ਸਰੋਤੇ ਸਾਰਿਆਂ ਦਾ ਬਹੁਤ ਬਹੁਤ ਬਾਈ ਜੀ ਬੇਸ਼ੱਕ ਤੁਹਾਡੇ ਨਾਲ ਸਿੱਧੇ ਤੌਰ ਦੇ ਉੱਤੇ ਗੱਲਬਾਤ ਘੱਟ ਹੁੰਦੀ ਹੈ ਪਰ ਹਰਵਿੰਦਰ ਸਿੰਘ ਭਲਵਾਨ ਜੀਨਾ ਸਾਹਿਬ ਵਾਲੇ ਉਹਨਾਂ ਦੇ ਰਾਹੀਂ ਬਹੁਤ ਵਾਰ ਤੁਹਾਡਾ ਜ਼ਿਕਰ ਛੱਡਦਾ ਰਹਿੰਦਾ ਉਹ ਤੁਹਾਡੇ ਬਾਰੇ ਸੁੱਖ ਸਾਨ ਸਾਨੂੰ ਦੱਸਦੇ ਰਹਿੰਦੇ ਆ ਸਾਨੂੰ ਚੰਗਾ ਲੱਗਦਾ ਤੇ ਗੁਰਨਾਮ ਗਾਮਾ ਹੋਰਾਂ ਦੇ ਕਿਹੜੇ ਕਿਹੜੇ ਗੀਤ ਆ ਇਹ ਸੂਚੀ ਹੈਗੀ ਬੜੀ ਲੰਮੀ ਬਿਲਕੁਲ ਸਹੀ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਸੰਖੇਪ ਕਰਕੇ ਦੱਸਦਾ ਜੀ ਇਹਨਾਂ ਤੈਨੂੰ ਪਿਆਰ ਕਰਾਂ ਬਲਕਾਰ ਸਿੱਧੂ ਨੇ ਗਾਇਆ ਜਿਵੇਂ ਚੰਨ ਤੇ ਚਕੋਰ ਜਿਵੇਂ ਗੜਵਾ ਹਾਂ ਬਿਲਕੁਲ ਤੇ ਬੰਦੇ ਵੀ ਦੇਸੀ ਆ ਤੇ ਅਸੀਂ ਪੀਨੇ ਵੀ ਦੇਸੀ ਆ ਇਹ ਇੰਦਰਜੀਤ ਨਿੱਕੂ ਨੇ ਗਾਇਆ ਇਹ ਵੀ ਗਾਮੇ ਬਾਈ ਦਾ ਲਿਖਿਆ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਜੀ ਇਹ ਵੀ ਗਾਇਆ ਹੈਗਾ ਇੰਦਰਜੀਤ ਨਿੱਕੂ ਹੋਰਾਂ ਨੇ ਜੀ ਸੋ ਸੁਣਵੇ ਰੱਬਾ ਇਹ ਨਿੱਕੂ ਹੋਰਾਂ ਨੇ ਗਾਇਆ ਕਿਵੇਂ ਚਿਣਦਾ ਸੋਹਣਿਆ ਚਿਣਦਾ ਤੋਂ ਪਗੜੀ ਦੇ ਲੜਵੇ ਸੋ ਇਹ ਵੀ ਨਿੱਕੂ ਹੋਰਾਂ ਨੇ ਗਾਇਆ ਤੇ ਇਹ ਵੀ ਗਾਮੇਬਾਜ਼ ਦਾ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਪੀਤੀ ਖਾਦੀ ਦੇ ਵਿੱਚ ਵਾਧਾ ਘਾਟਾ ਭਾਈ ਹੋ ਹੀ ਜਾਂਦਾ ਹੈ ਇਹ ਅਮਰਿੰਦਰ ਗਿੱਲ ਨੇ ਗਾਇਆ ਹੋਇਆ ਤੇ ਤੂੰ ਖੁਸ਼ ਚਾਹੀਦਾ ਸਜਣਾ ਜਸਪਿੰਦਰ ਨਰੂਲਾ ਨੇ ਗਾਇਆ ਹੋਇਆ ਦਸ ਕੀ ਲਾਜ ਬਣਾ ਕੇ ਟੁੱਟ ਗਈ ਯਾਰੀ ਦਾ ਇਹ ਵੀ ਇੰਦਰਜੀਤ ਨਿੱਕੂ ਨੇ ਗਾਇਆ ਹੋਇਆ ਉਸ ਤੋਂ ਬਾਅਦ ਡਰਾਮਾ ਤੇ ਕਲਯੁਗ ਇਹ ਜੁਗਨੀ ਹੋਰਾਂ ਨੇ ਗਾਏ ਹੋਏ ਆ ਤੇ ਕਈ ਹੋਰ ਗੀਤ ਆ ਜਿਹਦੇ ਵਿੱਚ ਮੈਂ ਉਹਦਾ ਨਾਮ ਨਹੀਂ ਲੈਣਾ ਇਹ ਵੀ ਨਿੱਕੂ ਨੇ ਗਾਇਆ ਬਾਈ ਜੀ ਇਹ ਦੱਸੋ ਵੀ ਇੰਨੇ ਗੀਤ ਮਕਬੂਲ ਆ ਤੁਹਾਡੇ ਆ ਵਰਕਾ ਭਰਿਆ ਪਿਆ ਜਿਹੜਾ ਤੁਸੀਂ ਮੈਨੂੰ ਲਿਖ ਕੇ ਦਿੱਤਾ ਇੰਨੇ ਗੀਤ ਗਾਏ ਗਏ ਹੋਣ ਇੰਨੇ ਗੀਤ ਮਕਬੂਲ ਹੋਏ ਹੋਣ ਤੇ ਗੁਰਨਾਮ ਗਾਮਾ ਹਸਪਤਾਲ ਦੇ ਵਿੱਚ ਪਿਆ ਹੋਵੇ ਉਹਨੂੰ ਕੋਈ ਦੇਖਣ ਨਾ ਆਵੇ ਉਹਦੇ ਵਿੱਚ ਆਪਦੀਆਂ ਗਲਤੀਆਂ ਕਿੰਨੀਆਂ ਕੁ ਮੰਨਦੇ ਹੋ ਤੇ ਗਾਇਕਾਂ ਦੀ ਕਿੰਨੀ ਕੁ ਨਹੀਂ ਆਪਣੀ ਵੀ ਗਲਤੀ ਮੰਨ ਸਕਦਾ ਪਹਿਲਾਂ ਲੇਕਿਨ ਜੇ ਸ਼ਾਇਦ ਤੁਹਾਨੂੰ ਗੁਰੂ ਰਾਮਦਾਸ ਵੇਲੇ ਦਾ ਉਹ ਇਤਿਹਾਸ ਪਤਾ ਨਾ ਵੀ ਉਹ ਬਾਣੀ ਨੂੰ ਉਹਨਾਂ ਨੇ ਉਦੋਂ ਜਿਹੜੇ ਕੀਰਤਨੀਆਂ ਸੀ ਬਾਣੀ ਨੂੰ ਕਹਿਤਾ ਸੀ ਵੀ ਛੱਡ ਕਿਹੜੀ ਬਾਣੀ ਜੇ ਅਸੀਂ ਗਾਉਂਦੇ ਹਾਂ ਤੇ ਸੁਣਦੇ ਹਾਂ ਕਲਾਕਾਰ ਗੀਤਕਾਰ ਸ਼ਾਇਰ ਕਲਾਕਾਰ ਇਕੱਲੇ ਗੁਰਨਾਮ ਗਾਮੇ ਦਾ ਮਤਲਬ ਗਲਤੀਆਂ ਹੋ ਸਕਦੀਆਂ ਨੇ ਕਿਉਂਕਿ ਜੇ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਨਸ਼ੇ ਖਾਂਦਾ ਹੈ ਦਾਰੂ ਪੀਂਦਾ ਪਹਿਲਾਂ ਮੈਂ ਇੱਕ ਇੰਟਰਵਿਊ 'ਚ ਗੱਲ ਕਰੀ ਸੀ ਕਿਸੇ 'ਚ ਵੀ ਲੇਕਿਨ ਉਹਦੇ ਪਿੱਛੇ ਕੀ ਹੈ ਕਿਉਂ ਖਾਂਦਾ ਕਿ ਪਹਿਲਾਂ ਵੀ ਖਾਂਦਾ ਸੀ ਹੁਣੇ ਪੈਣ ਲੱਗਿਆ ਔਰ ਇਸ ਤਰ੍ਹਾਂ ਦੀ ਚੀਜ਼ ਆ ਵੀ ਨਾ ਕਦੇ ਸੋਚਿਆ ਸੀਗਾ ਵੀ ਇਹਦੇ ਪੈਸੇ ਵੱਟੇ ਜਾਂਦੇ ਨੇ ਸ਼ੌਂਕ ਸੀ ਪਹਿਲਾਂ ਕਬੱਡੀ ਦਾ ਸੀ ਫਿਰ ਇਹਦਾ ਸੀ ਅਤੇ ਗਾਇਕਾਂ ਵਾਲੇ ਵਿਸ਼ੇ 'ਚੋਂ ਹਾਂ ਇੱਕ ਦੋ ਜਿਹੜੇ ਬੁਰੇ ਵਕਤ 'ਚ ਆਏ ਵੀ ਨੇ ਵੀ ਅਸੀਂ ਬੜੇ ਚਿਰ ਦੇ ਵਕਤ ਸੀ ਸ਼ਾਇਦ ਉਹ ਜੇ ਇੱਕ ਦੋ ਲਾਈਨਾਂ ਰਵਾਈ ਦੀਆਂ ਤਾਂ ਮੈਂ ਦੱਸਦਾ ਵਾਂ ਵੀ ਜੇ ਵੇਖਿਆ ਜਾਵੇ ਬੁਰਾ ਵਕਤ ਵੀ ਚੰਗੇ ਲਈ ਆਉਂਦਾ ਕਿਹੜਾ ਆਪਣਾ ਕਿਹੜਾ ਬਗਾਨਾ ਹੈ ਪਹਿਚਾਣ ਇਹ ਕਰਾਉਂਦਾ ਜੇ ਵੇਖਿਆ ਜਾਵੇ ਬੁਰਾ ਵਕਤ ਵੀ ਚੰਗੇ ਲਈ ਆਉਂਦਾ ਔਰ ਬਲਕਾਰ ਬਾਈ ਨਾਲ 2002 ਤੋਂ ਮਤਲਬ ਇਹਨਾਂ ਤੈਨੂੰ ਪੈਰ ਕਰਨ ਤੋਂ ਬਾਅਦ ਕੋਈ ਗਾਣਾ ਨਹੀਂ ਆਇਆ ਲੇਕਿਨ ਉਹ ਆਏ ਔਰ ਜਦੋਂ ਮੈਂ ਲੁਧਿਆਣੇ ਦਾਖਲ ਸੀ ਤਾਂ ਇੰਦਰਜੀਤ ਨਿੱਕੂ ਵੀਰ ਬੜਾ ਵਧੀਆ ਤਰੀਕੇ ਨਾਲ ਆਪਣਾ ਖੂਨ ਪਹਿਲੀ ਵਾਰੀ ਉਹਨੇ ਕਢਾਇਆ ਹੁਣ
ਹੁਣ ਜਿਹੜਾ ਇੱਥੋਂ ਤੱਕ ਕਰ ਸਕਦੇ ਨੇ ਖੂਨ ਦੇ ਸਕਦਾ ਤੇ ਬਾਕੀ ਜਿਹੜੇ ਕਲਾਕਾਰਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਕੋਈ ਆਇਆ ਨਹੀਂ ਉੱਥੇ ਮੈਂ ਉਹਨਾਂ ਨੂੰ ਅਕਸਰ ਕਹਿੰਦਾ ਹੁੰਦਾ ਵੀ ਮੇਰੇ ਦੁੱਖ ਦਾ ਤਮਾਸ਼ਾ ਨਾ ਬਣਾਓ ਦੋਸਤੋ ਮੈਨੂੰ ਦੁਨੀਆਂ ਦਾ ਹਾਸਾ ਨਾ ਬਣਾਓ ਦੋਸਤੋ ਕਲਾਕਾਰ ਤਾਂ ਕਲਾਕਾਰ ਸਾਹਿਬ ਕਾਫੀ ਆਏ ਨੇ ਹਰਿੰਦਰ ਸੰਧੂ ਹਾਂ ਉਹ ਵੀ ਗਲਹਰਦੀਪ ਭਾਜੀ ਇਹਨਾਂ ਨੇ ਕੋਈ ਗਾਣਾ ਗਾਇਆ ਵੀ ਨਹੀਂ ਵੈਸੇ ਉਹ ਸਾਡੇ ਨਾਲ ਪਿਆਰ ਕਰਦੇ ਆ ਸਾਡੀ ਕਲਮ ਨੂੰ ਪਿਆਰ ਕਰਦੇ ਆ ਕਈ ਬਾਹਰ ਬੈਠੇ ਵਿਦੇਸ਼ਾਂ 'ਚ ਜਿੰਨੇ ਕੁ ਜੀਤੋਂ ਹੋ ਸਕਿਆ ਸੀ ਸਭ ਨੇ ਦੁਆਵਾਂ ਕੀਤੀਆਂ ਹੈਲਪ ਵੀ ਕਰੀ ਠੀਕ ਰਿਹਾ ਜਾਣਾ ਆਰਥਿਕ ਮਦਦ ਵੀ ਕਰੀ ਨਾਮੇ ਬਾਈ ਜੀ ਮੈਨੂੰ ਇਹ ਦੱਸੋ ਵੀ ਗੱਲ ਬੜੀ ਸਾਫ਼ ਤੇ ਸਪਸ਼ਟ ਕਰਾਂਗੇ ਅਸੀਂ ਇਹ ਜੇ ਤੁਹਾਨੂੰ ਕੌੜੀ ਲੱਗੇ ਤਾਂ ਪਹਿਲਾਂ ਹੀ ਮਾਫ਼ੀ ਨਾ 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 ਬਿਲਕੁਲ ਬਹੁਤ ਚੰਗੇ ਨਾਲ ਤੁਹਾਡੇ ਉੱਤੇ ਆਏ ਬਹੁਤ ਤੁਹਾਡੀ ਚੜ੍ਹਾਈ ਰਹੀ ਪਰ ਤੁਹਾਨੂੰ ਨਸ਼ੇ ਪੱਤੇ ਨੇ ਪੱਟਤਾ ਕਈ ਕਲਾਕਾਰ ਇਹ ਗੱਲ ਕਹਿੰਦੇ ਆ ਇਹ ਗੱਲ ਇੱਕ ਨਹੀਂ ਕਈ ਜਾਣੇ ਕਹਿੰਦੇ ਆ ਜੇ ਇੱਕ ਕਵੇ ਤਾਂ ਮੈਂ ਮੰਨਾਂ ਵੀ ਇਹ ਝੂਠ ਆ ਗੱਲ ਪਰ ਲੋਕ ਇਹ ਗੱਲ ਕਹਿੰਦੇ ਦਾਰੂ ਬਥੇਰੀ ਪੀਤੀ ਫੀਮ ਬਥੇਰੀ ਖਾ ਲੈਂਦੇ ਆ ਭੁੱਕੀ ਬਥੇਰੀ ਖਾਂਦੇ ਰਹੇ ਉਹਦੇ ਕਰਕੇ ਇਹਨਾਂ ਨੇ ਆਪਦੀ ਸਿਹਤ ਨੂੰ ਗਾਲ ਲਿਆ ਕੀ ਕਹਿਣਾ ਚਾਹੋਗੇ ਹਾਂ ਠੀਕ ਹੈ ਲੇਕਿਨ ਮੈਂ ਉਹ ਵੀ ਦੱਸਿਆ ਵੀ ਜਿਹੜਾ ਚਾਹ ਨਹੀਂ ਸੀ ਪੀਂਦਾ ਕਿਉਂ ਕਰ ਰਿਹਾ ਯਾਰ ਇਹਦਾ ਕਾਰਨ ਕੀ ਹੈ ਕੀ ਸੀ ਇਹਦਾ ਬਣਦਾ ਹੱਕ ਇਹਨੂੰ ਮਿਲ ਰਿਹਾ ਕੀ ਇਹਨੂੰ ਜਿਹੜਾ ਜਿਹੜਾ ਮੁਕਾਮ ਮਿਲਣਾ ਚਾਹੀਦਾ ਉਹ ਮਿਲ ਰਿਹਾ ਜਿਹੜੇ ਬੰਦੇ ਜਿਹੜੇ ਕਮਰੇ 'ਚ ਮੈਂ ਬੈਠਾ ਵਾਂ ਉਸ ਕਮਰੇ 'ਚ ਵੜਨ ਮਤਲਬ ਗੀਤਕਾਰ ਸਾਰੇ ਅੱਛੇ ਨੇ ਠੀਕ ਹੈ ਜੋ ਵੀ ਹੈ ਉਸ ਰੂਮ 'ਚ ਵੜਨ ਤੋਂ ਵੀ ਡਰਦੇ ਨੇ ਵੀ ਯਾਰ ਗਾਵਾਂ ਬੈਠਾ ਬਾਅਦ 'ਚ ਆਉਂਦੇ ਬਾਈ ਨਾਲ ਗੱਲ ਉਹ ਪਤਾ ਲੱਗ ਰਿਹਾ ਪੇਸ਼ ਕਰ ਰਿਹਾ ਫਲਾਣਾ ਸਿੰਘ ਆ ਰਿਹਾ ਫਲਾਣਾ ਸਿੰਘ ਗੁਰੂ ਨਾਨਕ ਗਾਮੇ ਨੂੰ ਕੀ ਉਸ ਤਰੀਕੇ ਨਾਲ ਮੂਹਰੇ ਲਿਆਂਦਾ ਜਾ ਰਿਹਾ ਤੁਸੀਂ ਵੀ ਆਪ ਨਿਗਾਹ ਮਾਰ ਪਰ ਇਹ ਜਿਹੜੇ ਤੁਹਾਡੇ ਗੀਤਾਂ ਦੇ ਵੇਰਵੇ ਮੈਂ ਸਾਂਝੇ ਕੀਤੇ ਆ ਇਹਨਾਂ ਗੀਤਾਂ ਰਾਹੀਂ ਗੁਰੂ ਨਾਨਕ ਗਾਮਾ ਮੂਹਰੇ ਆਇਆ ਹਾਂ ਮੂਹਰੇ ਆਇਆ ਲੇਕਿਨ ਜਿਵੇਂ ਆਉਣਾ ਚਾਹੀਦਾ ਸੀ ਉਵੇਂ ਨਹੀਂ ਆਇਆ ਗੁਰਨਾਮ ਗਾਮੇ ਨੂੰ ਜਿਸ ਤਰ੍ਹਾਂ ਗਾਣੇ ਚੱਲ ਰਹੇ ਨੇ ਗੁਰਨਾਮ ਗਾਮੇ ਨੂੰ ਨੀ ਚਲਾਇਆ ਗਿਆ ਪਰ ਬਾਈ ਜੀ ਜਿੰਨੇ ਗਾਣੇ ਤੁਹਾਡੇ ਹਿੱਟ ਹੋਏ ਤੇ ਇਹ ਤਾਂ ਜਿਹੜੇ ਗਾਇਕ ਨੇ ਉਹਨਾਂ ਦੇ ਨਾਲ ਨਾਲ ਤੁਹਾਡਾ ਨਾਂ ਵੀ ਤਾਂ ਲੋਕਾਂ ਦੀ ਜ਼ੁਬਾਨ ਦੇ ਉੱਪਰ ਆਇਆ ਵੀ ਇੱਕ ਗੀਤਕਾਰ ਗਮ ਹੈ ਉਹਦੇ ਗਾਣੇ ਬਹੁਤ ਸੋਹਣੇ ਉਹਦੀ ਕਲਮ ਬਹੁਤ ਸੋਹਣੀ ਹੈ ਤੇ ਫੇਰ ਪਛਤਾਵਾ ਕਿਸ ਚੀਜ਼ ਦਾ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਕਿਸੇ ਗੱਲ ਦਾ ਨਹੀਂ ਜੀ ਹਾਂ ਇਹ ਕਹਿ ਸਕਦੇ ਹੋ ਵੀ ਤੁਸੀਂ ਵੀ ਯਾਰ ਗੁਰਨਾਮ ਗਾਮੇ ਨੇ ਪੈਸਾ ਨਹੀਂ ਕਮਾ ਸਕਿਆ ਜਾਂ ਨਸ਼ੇ ਕਰਕੇ ਇੱਧਰ ਗਾੜ ਲਏ ਤੇ ਤੁਸੀਂ ਪੈਸੇ ਕਮਾਉਣ ਵਾਲੇ ਨਾ ਉਂਗਲਾਂ ਤੇ ਐਂ ਗਿਣ ਸਕਦੇ ਹੋ ਪੋਟਿਆਂ 5, 7, 10 ਤੇ ਉਦੋਂ ਬਾਅਦ ਉਹਦੇ ਪਿੱਛੇ ਜਿੰਨੀਆਂ ਜ਼ੀਰੋਆਂ ਲਾਉਂਗੇ ਉਨੀਆਂ ਲਾ ਲਓ ਉਹ ਰੁਲਣ ਵਾਲੇ ਨੇ ਸਾਡੀ ਇੰਡਸਟਰੀ ਦਾ ਦਸਤੂਰ ਹੀ ਇਹ ਹੈ ਜੀ ਗੀਤਕਾਰ ਨੂੰ ਹਮੇਸ਼ਾ ਮਰਨ ਤੋਂ ਬਾਅਦ ਹੀ ਸਲਾਹਿਆ ਜਾਂਦਾ ਸ਼ਾਇਰ ਨੂੰ ਮੰਨ ਲਓ ਜੋ ਵੀ ਜਗਾੜੀ ਲੋਕ ਨੇ ਗੀਤ ਜੋ ਉਸਤਾਦ ਜੀ ਦੱਸਦੇ ਹੁੰਦੇ ਨੇ ਗੀਤ ਜੋੜਨਾ ਗੀਤ ਬਣਾਉਣਾ ਗੀਤ ਲਿਖਣਾ ਗੀਤ ਉਪਜਣਾ ਗੀਤ ਖੋਜਣਾ 5 ਪੜਾਅ ਨੇ 6ਵਾਂ ਪੜਾਅ ਬਾਣੀ ਕਹਿੰਦੀ ਹੈ ਖੋਜੀ ਹੋਏ ਤੇ ਫਿਰ ਤੁਰਤ ਮਿਲਾ ਮੈਂ ਖੋਜੇ ਵੀ ਨਹੀਂ ਖੋਜਾਂ ਤੱਕ ਪਹੁੰਚਿਆ ਵਾਂ ਮੈਂ ਜੋੜਨ ਵਾਲਾ ਜਾਂ ਲਿਖਣ ਵਾਲਾ ਨਹੀਂ ਹਾਂ ਇਹ ਸ਼ਹਿਬਾਜ਼ ਵੀ ਅੱਛਾ ਇੱਕ ਉਹ ਹੈ ਬਾਈ ਜੀ ਆਪਾਂ ਨਾ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਇਸੇ ਤਰ੍ਹਾਂ ਜਾਰੀ ਰੱਖਾਂਗੇ ਬੜਾ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਪਰ ਇੱਥੇ ਵੇਲਾ ਇੱਕ ਨਿੱਕੇ ਜਿਹੇ ਵਕਫੇ ਦਾ ਹੋ ਗਿਆ ਠੀਕ ਹੈ ਮਿਹਰਬਾਨੀ ਜੱਜ ਦਾ ਵਿਚਾਰ ਸ਼ਹਿਬਾਜ਼ ਬਾਈ ਜੀ ਇਹ ਦੱਸੋ ਕਿ ਤੁਹਾਡੀ ਉਮਰ ਗਾਮੇ ਬਾਈ ਤੋਂ ਕਿੰਨੀ ਛੋਟੀ ਹੈ ਲਗਭਗ 2-2.5 ਸਾਲ ਦਾ ਫਰਕ 2-2.5 ਸਾਲ ਹਾਂ ਜੀ ਹਾਂ ਤੇ ਗੀਤ ਲਿਖਣ ਦਾ ਸ਼ੌਕ ਤੁਹਾਨੂੰ ਕਿੰਨਾ ਕੁ ਬਾਅਦ ਦੇ ਵਿੱਚ ਪਿਆ ਇਹ ਜਦੋਂ ਸਰਗਰਮ ਸੀ ਉਸ ਵਕਤ ਪਿਆ ਜਾਂ ਜਦੋਂ ਤੁਹਾਨੂੰ ਬਚਪਨ ਦੇ ਵਿੱਚ ਸੀ ਤੁਸੀਂ ਉਦੋਂ ਨਹੀਂ ਬਚਪਨ ਦੇ ਵਿੱਚ ਆਇਆ ਸੀ ਜਦੋਂ ਬਾਈ ਕਬੱਡੀ ਖੇਡਦਾ ਸੀ ਪਿੱਛੇ ਪਿੱਛੇ ਦੇਖ ਕੇ ਮੈਂ ਕਬੱਡੀ ਖੇਡਣ ਲੱਗ ਗਿਆ ਚਲੋ ਕੋਈ ਪ੍ਰੋਬਲਮ ਆਈ ਸਿਹਤ ਦੀ ਉਹ ਫਿਰ ਗੀਤਕਾਰੀ ਵਾਲੇ ਪਾਸੇ ਆਏ ਗੀਤ ਲਿਖਦੇ ਸੀ ਨਾਲ ਪੁੱਛ ਲੈਂਦੇ ਸੀ ਕਿਤੇ ਕੋਈ ਲੈਣ ਇਹਨਾਂ ਨੂੰ ਮੈਂ ਨਾਲ ਨਾਲ ਹੈਲਪ ਕਰੀ ਜਾਣੀ ਉੱਥੇ ਮੈਨੂੰ ਸ਼ੌਕ ਪੈ ਗਿਆ ਨਾਲ ਦੀ ਨਾਲ ਹੀ ਜਿਵੇਂ ਜਿਵੇਂ ਇਹ ਮਾਰਕੀਟ 'ਚ ਆਏ ਤੁਹਾਡੀ ਦੋਵੇਂ ਭਰਾਵਾਂ ਦੀ ਬਣਦੀ ਆ
ਆਮ ਤੌਰ ਦੇ ਉੱਤੇ ਨਾ ਇਹ ਉਦਾਹਰਣਾਂ ਘੱਟ ਦੇਖਣ ਨੂੰ ਮਿਲਦੀਆਂ, ਸ਼ਹਿਰਾਂ ਦੇ ਵਿੱਚ ਤਾਂ ਸੱਚੀ ਮੁੱਚੀ ਘੱਟ ਮਿਲਦੀਆਂ। ਇਹ ਸਾਡੇ ਇੱਧਰ ਪਿੰਡਾਂ ਦੇ ਵੱਲ ਕੁਝ ਕੁ ਪਰਿਵਾਰ ਹਾਲੇ ਬਚੇ ਆ ਜਿਨ੍ਹਾਂ ਦੇ ਵਿੱਚ ਏਕਤਾ, ਜਿਨ੍ਹਾਂ ਦੇ ਵਿੱਚ ਇਕੱਠੇ ਰਹਿਣ ਦੀ ਖਿੱਚ ਆ, ਜਿਹੜੇ ਸਾਂਝੇ ਪਰਿਵਾਰਾਂ ਦੇ ਵਿੱਚ ਰਹਿੰਦੇ ਆ, ਤੇ ਤੁਸੀਂ ਹਮੇਸ਼ਾ ਏਦਾਂ ਹੀ ਰਹੋ। ਇੱਕ ਤਾਂ ਅਸੀਂ ਇਹਦੀ ਕਾਮਨਾ ਕਰਦੇ ਬਾਈ ਜੀ, ਜਿਵੇਂ ਬਾਈ ਜੀ ਦਾ ਤਜਰਬਾ, ਇਹ ਕਹਿੰਦੇ ਜੀ ਕਿ ਕਲਾਕਾਰ ਤਾਂ ਏਦਾਂ ਵੀ ਭੁੱਲ ਜਾਂਦੇ ਹੁੰਦੇ ਆ, ਇਹਨਾਂ ਦੇ ਵੱਖਰੇ ਤਜਰਬੇ ਆ। ਹਾਂਜੀ ਹਾਂਜੀ, ਤੁਹਾਡੇ ਵੀ ਅੰਦਰ ਇਹੀ ਗੱਲ ਚੱਲਦੀ ਆ ਜਾਂ ਤੁਹਾਨੂੰ ਥੋੜਾ ਜਿਹਾ ਵੱਖਰਾ ਅਹਿਸਾਸ ਆ? ਕੋਈ ਵੱਖਰਾ ਤਾਂ ਨਹੀਂ, ਤਕਰੀਬਨ ਇਵੇਂ ਹੀ ਰਿਹਾ, ਪਰ ਮੇਰੇ ਗਿਲੇ ਸ਼ਿਕਵੇ ਮੈਂ ਬਹੁਤ ਘੱਟ ਕਰਦਾ, ਕਿਉਂਕਿ ਮੈਂ ਪਹਿਲਾਂ ਕਹਿ ਦਿੰਦਾ ਕੋਈ ਵੀ ਸਿੰਗਰ ਆ, ਮੈਂ ਬਾਈ ਨੂੰ ਦੇਖ ਦੇਖ ਕੇ ਹੀ, ਇਹਨਾਂ ਨੂੰ ਵੀ ਮੈਂ ਕਹਿੰਦਾ ਕਮਰਸ਼ੀਅਲ ਹੋਵੋ, ਮੈਂ ਨਹੀਂ ਹੋਇਆ, ਪਰ ਮੈਂ ਆਪਦੇ ਉਹਨੇ ਕੁ ਜਿੰਨੀ ਕੁ ਮੈਨੂੰ ਲੋੜ ਹੁੰਦੀ ਆ ਵੀ ਮੇਰੇ ਪੈਸੇ ਦੇ ਤੇ ਗੀਤ ਗਾ, ਉਹ ਤੋਂ ਬਾਅਦ 'ਚ ਮੈਂ ਸ਼ਿਕਵਾ ਨਹੀਂ ਕਰਿਆ ਕਦੇ। ਅਤੇ ਇਹੀ ਮੇਰਾ ਜ਼ਿੰਦਗੀ ਦਾ ਅਸੂਲ ਆ ਵੀ ਠੀਕ ਆ, ਜਿਹਨੇ ਗੀਤ ਲੈਣਾ ਪੈਸੇ ਦਿਓ, ਲੈ ਜਾਓ, ਉਦੋਂ ਮੁੜ ਕੇ ਗੀਤ ਉਹਦਾ। ਨਾਮਾ ਬਾਈ ਜੀ, ਇਹ ਦੱਸੋ ਕਿ ਫਾਈਨ ਟੱਚ ਕੰਪਨੀ ਦੇ ਨਾਲ ਤੁਸੀਂ ਦੋਵੇਂ ਭਰਾਵਾਂ ਨੇ ਬਹੁਤ ਲੰਮਾ ਸਮਾਂ ਮਿਲ ਕੇ ਕੰਮ ਕੀਤਾ ਰੂਬੀ ਬਾਈ ਹੋਰਾਂ ਦੇ ਨਾਲ। ਜੀ ਜੀ, ਉਹ ਤੁਹਾਨੂੰ ਪਰ ਪ੍ਰੋਜੈਕਟ ਪਰ ਕੈਸੇਟ ਪੈਸੇ ਦਿੰਦੇ ਹੁੰਦੇ ਸੀ, ਪ੍ਰਤੀ ਕੈਸੇਟ ਦੇ ਹਿਸਾਬ ਨਾਲ? ਬਿਲਕੁਲ ਬਿਲਕੁਲ, ਜੋ ਵੀ ਤੁਹਾਨੂੰ ਦਿੰਦੇ ਸੀ ਭਾਵੇਂ ਘੱਟ ਸੀ ਵੱਧ ਸੀ ਸਾਡਾ ਇਹ ਪੁੱਛਣਾ ਮਤਲਬ ਨਹੀਂ ਗਾ, ਪਰ ਤੁਸੀਂ ਲੈਂਦੇ ਸੀ ਉਹ ਦਿੰਦੇ ਸੀ ਜੀ, ਤੁਹਾਡੀ ਰਜ਼ਾਮੰਦੀ ਸੀ ਇਸ ਗੱਲ ਦੇ ਵਿੱਚ, ਕੋਈ ਧੱਕਾ ਨਹੀਂ ਸੀ? ਬਿਲਕੁਲ ਬਿਲਕੁਲ। ਉਸ ਤੋਂ ਇਲਾਵਾ ਜਿਹੜੇ ਕਲਾਕਾਰ ਗੀਤ ਗਾਉਂਦੇ ਸੀ, ਗਾਣਾ ਹਿੱਟ ਹੋਣ ਤੋਂ ਬਾਅਦ, ਮਕਬੂਲ ਹੋਣ ਤੋਂ ਬਾਅਦ, ਉਹ ਵੀ ਤੁਹਾਨੂੰ ਹੱਥ ਝਾੜ ਜਾਂਦੇ ਸੀ ਵੀ ਆ ਲੈ ਗਾਮੇ ਰੱਖ ਲਾ? ਨਹੀਂ, ਇਹ ਗੱਲ ਇਹ ਗੱਲ ਤੁਹਾਨੂੰ ਇਹ ਹਾਂ, ਇੰਦਰਜੀਤ ਨਿੱਕੂ ਤੋਂ ਇਲਾਵਾ ਜੇ ਉਹਨਾਂ ਨੂੰ ਹੱਥ ਝਾੜ ਦਿੰਦਾ ਸੀ ਤਾਂ ਅੱਜ ਵੀ ਉਹਦੇ ਕੋਲ 100 ਗਾਣਾ 150 ਗਾਣਾ ਵੈਸੇ ਪਿਆ ਹੋਣਾ, ਜਿਹੜਾ ਸਟੇਜ 'ਤੇ ਬੋਲਣ ਦਾ ਸਟਾਈਲ ਹੈ, ਜਿਹੜੇ ਗੱਲ ਕਰਨ ਦਾ, ਉਹ ਗੀਤ ਜਿਹੜੇ ਰਿਕਾਰਡਿੰਗ ਤੋਂ ਇਲਾਵਾ ਪਏ ਨੇ ਵੈਸੇ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਨਿੱਕੂ ਆਪ ਲਿਖ ਰਿਹਾ ਐਜ਼ ਏ ਗੀਤਕਾਰ ਆ ਰਿਹਾ। ਗੀਤਕਾਰ ਆਉਣ ਦਾ ਕਾਰਨ ਇਹ ਹੈ ਵੀ ਸਾਡੀ ਆਪਸ ਵਿੱਚ ਇੰਨੀ ਸੰਗਤ ਹੋਈ ਹੈ ਇਕੱਠਿਆਂ ਦੀ, ਇਹਨਾਂ ਰਹੇ ਹਾਂ, ਕੋਈ ਨਹੀਂ ਇੰਦਰਜੀਤ ਨਿੱਕੂ ਤੋਂ ਇਲਾਵਾ ਕੋਈ ਬੰਦਾ ਹਿੱਕ ਠੋਕ ਕੇ ਨਹੀਂ ਕਹਿ ਸਕਦਾ ਕੋਈ, ਮਤਲਬ ਹੱਥ ਝਾੜਨ ਵਾਲੀ ਗੱਲ ਤਾਂ ਕੋਈ ਗੀਤਾਂ ਦੇ ਪੈਸੇ ਦਿੱਤੇ ਹੁਣ ਉਹ ਨਹੀਂ ਕਹਿ ਸਕਦਾ ਕੋਈ। ਇਹ ਗੁਰਨਾਮ ਗਾਮੇ ਦੀ ਗੱਲ ਬਾਈ ਦੀ ਸਹੀ ਹੈ, ਪਰ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਮੰਨ ਲਓ ਤੁਹਾਨੂੰ ਕਿਸੇ ਵੀ ਕੰਪਨੀ ਨੇ ਪੈਸੇ ਦਿੱਤੇ ਜੀ ਵੀ ਆਹ ਤੁਹਾਡੇ ਕੋਲੋਂ ਕੰਮ ਲਿਆ ਤੇ ਤੁਹਾਨੂੰ ਉਹਦਾ ਮਿਹਨਤ ਨਾ ਇਹਨਾਂ ਦੇਤਾ ਜੀ, ਫਿਰ ਤਾਂ ਗੱਲ ਹੀ ਮੁੱਕ ਗਈ, ਸ਼ਿਕਵਾ ਖਤਮ ਹੋ ਗਿਆ, ਮਿਹਨਤ ਮਿਲ ਗਈ, ਉਸ ਤੋਂ ਬਾਅਦ ਫਿਰ ਸ਼ਿਕਵਾ ਕਿਹੜੀ ਗੱਲ ਦਾ ਸ਼ੁਰੂ ਹੁੰਦਾ? ਨਹੀਂ, ਸ਼ਿਕਵਾ ਕਿਹੜੇ ਤਰੀਕੇ ਨਾਲ ਕਹਿ ਰਹੇ ਹੋ ਤੁਸੀਂ? ਕੀ ਮੰਨ ਲਓ ਆਪਾਂ ਨੂੰ ਕਲਾਕਾਰਾਂ ਨੇ ਹੱਕ ਨਹੀਂ ਦਿੱਤਾ, ਤੁਸੀਂ ਕਹਿ ਰਹੇ ਸੀ ਨਾ ਕਿ ਜਿਹੜੇ ਕਲਾਕਾਰਾਂ, ਕਲਾਕਾਰ ਕੌਣ ਹੁੰਦੇ ਹੱਕ ਦੇਣ ਵਾਲੇ? ਕਲਾਕਾਰਾਂ ਤਾਂ ਗੀਤ ਕਿਸੇ ਵੀ ਬੰਦਿਸ਼ ਦਾ ਮੁਹਤਾਜ ਨਹੀਂ ਹੁੰਦਾ ਟਿਣਾ ਸਾਹਿਬ, ਕਿਸੇ ਕਲਾਕਾਰ ਨੂੰ, ਕਿਸੇ ਕਲਾਕਾਰ ਦੀ ਜ਼ਰੂਰਤ ਨਹੀਂ ਗੀਤ ਨੂੰ, ਨਾ ਕਦੇ ਸ਼ਿਵ ਨੂੰ ਪਈ ਹੈ, ਨਾ ਨੂਰਪੁਰੀ ਨੀ ਸਾਹਿਬ ਨੂੰ ਪਈ ਕੋਈ ਵੀ। ਇਹ ਮੇਰੀ ਬੜੀ ਅੱਛੀ ਸੰਖੇਪ ਚ ਕਹਿ ਲਈਏ ਵੀ ਗੀਤ ਦੀ ਕੋਈ ਕੀਮਤ ਦੇ ਹੀ ਨਹੀਂ ਸਕਦਾ, ਦੇ ਹੀ ਨਹੀਂ ਸਕਦਾ ਗੀਤ ਦੀ ਕੀਮਤ। ਰੂਬੀ ਭਾਜੀ ਵੀ ਕੀ ਦੇਣਗੇ, ਬਹੁਤ ਅੱਛੇ ਪ੍ਰੋਡਿਊਸਰ ਨੇ, ਉਹ ਕੀ ਦੇ ਸਕਦੇ ਨੇ? ਇੱਕ ਵਾਰੀ ਮੈਂ ਛੋਟੀ ਜਿਹੀ ਤੁਹਾਨੂੰ ਉਦਾਹਰਣ ਸੁਣਾਉਣਾ ਵੀ ਸਾਡਾ ਵਿੱਚ ਨਹੀਂ, ਉਹਨੂੰ ਮੈਂ 10 ਵਾਰੀ ਯਾਦ ਕਰਦਾ, ਮੁੰਡੇ ਬੈਠੇ ਨੇ, ਰਾਜ ਮੈਨੂੰ ਬੜੀਆਂ ਗੱਲਾਂ ਇਹੋ ਜਿਹੀਆਂ ਸਿਖਾਉਂਦਾ ਰਹਿੰਦਾ ਸੀ, ਬਰਾੜ ਔਰ ਉਹ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਸੀ ਵੀ ਤੂੰ ਉਹ ਲਾਈਨ ਕਿਤੇ ਸਾਡੇ ਵਾਰੀ ਰੰਗ ਮੁੱਕਿਆ ਕਿਸੇ ਮੇਰੇ ਅੱਗੇ ਮਲੰਗ ਦੀ ਲਿਖੀ ਵੀ ਅਤੇ ਕਿਸੇ ਨੇ ਚੱਕ ਕੇ ਉਹ ਗਾਂ ਦੀ ਗਾਂ ਲਿਖ ਕੇ, ਅਤੇ ਉਹ ਕਹਿੰਦਾ ਮੈਂ ਦਿੱਲੀਓਂ ਆ ਰਿਹਾ ਸੀ, ਛੋਟੀ ਜਿਹੀ ਗੱਲ ਹੈ, ਅਤੇ ਉਹ ਜਾ ਸਭ ਨਾਲ ਬੈਠੇ ਸੀ, ਅਤੇ ਕਹਿੰਦਾ ਗਾਮੇ ਉਹ ਗੱਡੀ ਕੋਲ ਦੀ ਰੰਗੀ ਟਰੱਕ ਦੇ ਪਿੱਛੇ ਦੀ, ਅਤੇ ਮੈਂ ਕਿਹਾ ਗੁਰੂ ਜੀ ਪਿੱਛੇ ਕਰੋ ਗੱਡੀ ਇੱਕ ਵਾਰੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਉਹ ਲਾਈਨ ਦੁਬਾਰੇ ਉਹ ਪੜ੍ਹੀ ਅਤੇ ਪੰਜਾਬ ਆਉਂਦੇ ਆਉਂਦੇ ਉਹ ਗੀਤ ਬਣ ਗਿਆ, ਦਿੱਲੀ ਨਿਕਲੇ ਸੀ ਅਜੇ, ਅਤੇ ਮੈਂ ਉਹਨਾਂ ਦਿਨਾਂ 'ਚ ਪੱਟੀ ਦੀ ਟੇਪ ਕਰਦਾ ਸੀ। ਕਹਿੰਦਾ ਉਹ ਇਹੋ ਜਿਹੀ ਗੱਲ ਜੀ ਬਣੀ, ਮੂਹਰੇ ਹੋਲੀ ਆਉਣ ਵਾਲੀ ਸੀ, ਮੈਂ ਆਪ ਹੀ ਡੱਬ ਕਰਤਾ, ਅਤੇ ਉਹ ਇੰਨਾ ਮਕਬੂਲ ਹੋਇਆ, ਇੰਨੀ ਗੱਲਬਾਤ ਬਣੀ ਵੀ ਉਹ ਬੰਦਾ ਜਿਹਦੀ ਉਹ ਲਾਈਨ ਸੀ, ਇੰਨੀ ਲਾਈਨ ਵੀ ਸਾਡੇ ਬਾਰੇ ਰੰਗ ਮੁੱਕਿਆ, ਅੱਗੇ ਉਹਦੀ ਕਲਪਨਾ ਆਪਾਂ ਆਪਣੀ ਸਿਰ ਸੀ ਹੋਲੀ ਕਰਨ ਨਾਲ ਖੇਡੀ ਤੁਸੀਂ ਇਹ ਉਹ ਬੰਦਾ ਜਦੋਂ ਕਿਤੇ 5-7 ਸਾਲ ਬਾਅਦ ਮਿਲਿਆ, ਉਦੋਂ ਤੱਕ ਰਾਜ ਬਰਾੜ ਮੋਹਾਲੀ ਸੈੱਟ ਹੋ ਚੁੱਕਿਆ ਸੀ, ਮਲਕਿਆਂ 'ਚ ਨਿਕਲ ਕੇ ਇਹ ਉਹ, ਇਹ ਰਾਜ ਬਰਾੜ ਜੀ ਦੇ ਕਹਿਣ ਦੀ ਗੱਲ ਹੈ ਮੈਨੂੰ, ਮੇਰੇ ਉਹਨਾਂ ਦੀ ਜ਼ੁਬਾਨੀ ਮੇਰੇ ਨਾਲ ਗੱਲਾਂ, ਕਿਉਂਕਿ ਉਹ ਮੇਰੇ ਨਾਲ ਪ੍ਰੋਜੈਕਟ ਕਰਨਾ ਚਾਹੁੰਦੇ ਸੀ, ਅਤੇ ਉੱਥੇ ਦੇਖਿਓ ਹੁਣ ਇਹ ਗੱਲ ਸਾਰੀ ਆਪਣੀ ਉਸ ਗੱਲ ਨਾਲ ਰਿਲੇਟਡ ਹੈ ਵੀ ਕਹਿੰਦੇ ਜਦੋਂ ਮੈਨੂੰ ਪਾ ਕੇ ਉਹਨਾਂ ਨੇ ਕਿਸੇ ਸਟੇਜ 'ਤੇ ਆ ਕੇ ਕਿਹਾ ਵੀ ਸਰ ਵੀ ਉਹ ਗਾਣਾ ਵੀ ਡਰਦੇ ਡਰਦੇ ਨੇ ਮੈਨੂੰ ਕਿਹਾ ਵੀ ਬਾਈ ਜੀ ਉਹ ਲਾਈਨ ਮੇਰੀ ਸੀ, ਅਤੇ ਕਹਿੰਦਾ ਉਹ ਪ੍ਰੋਗਰਾਮ 'ਤੇ ਸੀ ਮੈਂ ਜੋ ਵੀ ਸੀਗਾ ਮੇਰੇ ਕੋਲ ਵੀ, ਅਤੇ ਮੈਂ ਇੱਥੇ ਤੈਨੂੰ ਮੈਂ ਇਹਦਾ ਕੀ ਦੇ ਸਕਦਾ? ਬਹੁਤ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਸੀ ਵੀ ਜੇ ਮੈਂ ਇੱਥੇ ਰਿਸ਼ਤਾ ਵੀ ਦੇ ਦਿਆਂ ਉਹ ਵੀ ਘੱਟ, ਉਹ ਵੀ ਘੱਟ, ਤੇਰੀ ਇੱਕ ਲਾਈਨ ਨੇ ਮੇਰੀ ਸਾਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਮੇਰੀ ਲਾਈਫ ਦਾ ਮੇਰਾ ਚੇਂਜ ਕਰਤਾ ਸਾਰਾ ਕੁਝ। ਮੰਨ ਲਓ ਅੱਜ ਕੱਲ੍ਹ ਇੱਕ ਇੰਟਰਵਿਊ ਹੈ ਵੀਰ ਦੀ ਆ ਰਹੀ ਨਿੰਮੇ ਦੀ,
ਲਾਸਟ ਉਮਰ ਦਾ ਲਾਸਟ ਜਿਹਾ ਪੜਾ ਸੀ ਮੇਰਾ, ਕੋਈ ਸ਼ਿਕਵਾ ਨਹੀਂ ਕਿਸੇ ਵੀਰ ਨੂੰ, ਕੋਈ ਗਿਲਾ ਨਹੀਂ ਗਾ, ਸਾਰੇ ਅੱਛੇ ਨੇ, ਸਾਰੇ ਠੀਕ ਨੇ, ਮੈਂ ਵੀ ਆਪਣੀ ਆਪਣੀ ਜਗ੍ਹਾ ਸਭ ਠੀਕ ਨੇ ਵੀ। ਲਾਸਟ ਜੇ ਦਿਨਾਂ ਦੇ ਵਿੱਚ ਜਾ ਕੇ ਅਚਾਨਕ ਇੱਕ ਗੀਤ ਆਉਂਦਾ ਵੀ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ, ਤੇ ਅਚਾਨਕ ਉੱਥੇ ਦੁਬਾਰਾ ਜਵਾਨੀ ਆ ਜਾਂਦੀ ਹੈ ਗਾਉਣ ਵਾਲੇ ਤੇ। ਅੱਜ ਉਹ ਬੱਚਿਆਂ ਲਈ ਰੋਂਦਾ ਵੀ ਮੇਰੀ ਫੀਸ ਵੀ ਨਹੀਂ ਹੈ ਬੱਚੇ ਦੇਣ ਜੋਗੇ। ਹਰੇਕ ਗੀਤਕਾਰ ਦੀ ਇਹ ਇਕੱਲੇ ਗੁਰਨਾਮ ਗਾਮੇ ਦਾ ਨਹੀਂ ਵੀ ਨਸ਼ੇ ਖਾਂਦਾ ਤੇ ਉਹ ਕਰਦਾ, ਚਾਹ ਨਹੀਂ ਸੀ ਕਦੇ ਪੀਤੀ। ਆਹ ਗਰਾਊਂਡ ਜਿੱਥੇ ਆਪਾਂ ਬੈਠੇ ਹਾਂ ਸਕੂਲ ਹੈ, ਇਸ ਗਰਾਊਂਡ 'ਚ ਇਸੇ ਤਰ੍ਹਾਂ ਬੋਤਲ, ਅੱਜ ਤਾਂ ਬਿਮਾਰੀ ਕਰਕੇ ਬੋਤਲ ਰੱਖੀ ਹੈ ਪਾਣੀ ਦੀ, ਇਸੇ ਤਰ੍ਹਾਂ ਬੋਤਲ ਵੀ ਅੱਡ ਹੁੰਦੀ ਸੀ। ਮੈਂ ਨਾਮਧਾਰੀਆਂ ਦਾ ਮੁੰਡਾ ਕੂਕਿਆਂ ਦਾ, ਔਰ ਖਾਸ ਉਹਨਾਂ ਦਾ ਰਿਸ਼ਤੇਦਾਰ ਹਾਂ। ਨਸ਼ਾ ਤਾਂ ਦੂਰ ਦੀ ਗੱਲ ਹੈ, ਬਾਈ ਜੀ ਹਰਵਿੰਦਰ ਨੂੰ ਵੀ ਬਾਈ ਜੀ ਨੂੰ ਪਤਾ, ਨਾ ਅੰਡਾ ਨਾ ਮੀਟ ਨਾ ਸ਼ਰਾਬ, ਮੈਨੂੰ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਸੀ ਕੀ ਹੁੰਦਾ। ਬਾਈ ਜੀ ਫਿਰ ਕਿਵੇਂ ਪਤਾ ਲੱਗ ਗਿਆ, ਉਹ ਕਿਹੜੀ ਮਜਬੂਰੀ ਸੀ, ਕਿਹੜਾ ਕਾਰਨ ਸੀ ਜਿਹਦੇ ਕਰਕੇ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜ ਗਏ ਫਿਰ? ਉਹਦਾ ਕਾਰਨ ਤੁਸੀਂ ਇਹ ਸਵਾਲ ਦੇ ਵਿੱਚ ਹੀ ਜਵਾਬ ਹੈ, ਬਸ ਤੁਸੀਂ ਸਮਝਦੇ ਹੋ ਕਿ ਕੀ ਕਾਰਨ ਸੀਗਾ ਵੀ ਇੱਕ ਪਾਸੇ ਬੰਦਾ ਰਿਸ਼ਤਾ ਵੀ ਦੇ ਕੇ ਕਹਿ ਰਿਹਾ ਵੀ ਮੈਂ, ਉਹ ਵੀ ਘੱਟ ਹੈ, ਅਤੇ ਇੱਕ ਪਾਸੇ ਉਹ ਜਿਤਾ ਰਹੇ ਵੀ ਨਸ਼ਾ ਦੇ ਰਹੇ ਜਾਂ ਕੋਈ ਗੱਲ ਨਹੀਂ ਆ, ਖਾ ਲੈਂਦੇ ਆ ਕਰ ਲੈਂਦੇ। 2002 'ਚ ਇੰਨਾ ਤੈਨੂੰ ਪਿਆਰ ਕਰਾਂ ਗਾਣਾ ਫੇਮਸ ਹੋਇਆ ਅਤੇ ਬੜਾ ਅੱਛਾ ਕੱਠ ਵੱਠ ਵਾਈ ਹੋਣੀ ਸਾਰੇ ਆਏ ਜੀ, ਅਤੇ 15 ਜਾਂ 20 ਦਿਨਾਂ ਬਾਅਦ ਐਕਸੀਡੈਂਟ ਹੋ ਗਿਆ। ਕਿਹਦਾ? ਮੇਰਾ, ਤੁਹਾਡਾ? ਅੱਛਾ। ਹਾਂ, ਬਾਈ ਹਰਵਿੰਦਰ ਨੂੰ ਸਾਰੀ ਗੱਲ ਦਾ ਪਤਾ ਕਿਉਂਕਿ ਸਾਡੇ ਘਰ ਦਾ ਇਹ ਵੱਡਾ ਮੈਂਬਰ ਹੈ, ਤਾਂ ਕਰਕੇ ਤੁਹਾਡੇ ਨਾਲ ਜ਼ਿਕਰ ਹਰੇਕ ਗੱਲ ਦਾ ਕਰਦੇ ਰਹਿੰਦੇ। ਜਦੋਂ ਐਕਸੀਡੈਂਟ ਹੋ ਗਿਆ ਅਤੇ ਮੈਂ ਕੋਮਾ ਚਲੇ ਗਿਆ, ਇੱਥੋਂ ਮੈਨੂੰ ਨਿਹਾਲ ਸਿੰਘ ਵਾਲੇ ਮੋਗੇ, ਮੋਗੇ ਮੈਨੂੰ ਜਲੰਧਰ ਲੈ ਕੇ ਗਏ। ਬਾਪੂ ਜੀ ਨੇ ਜੋਗੇ ਸੀਗੇ, ਅੱਜ ਵੀ ਨਾਲ ਖੜ੍ਹੇ, ਉੱਥੋਂ ਮੈਂ ਖੜ੍ਹਦੇ ਨੇ, ਇਹ ਜਾਂ ਮੈਂ ਬਾਪੂ ਬਾਰੇ ਲਿਖਿਆ ਸੀਗਾ ਵੀ ਸਾਡੇ ਬਾਪੂ ਵਰਗਾ ਬਾਪੂ ਰੱਬਾ ਸਾਰਿਆਂ ਦਾ ਹੋਵੇ, ਗੋਰੇ ਦੀ ਟੇਪ 'ਚ ਗਾਣਾ ਸੀ ਵੀ, ਅੱਜ ਵੀ ਪਰਵਾਹ ਨਹੀਂ, ਚਾਹੇ ਅੱਛੀ ਗੀਤਕਾਰੀ ਕਰਨ ਦੇ ਚੱਕਰ 'ਚ ਸਭ ਕੁਛ ਵਿਕ ਗਿਆ, ਤਨ ਵੀ ਗਿਆ, ਲੇਕਿਨ ਪੁੱਤ ਮਾੜਾ ਨਹੀਂ ਲਿਖਣਾ ਹੋਏ, ਇਹ ਸਿੱਖਿਆ ਐਂ ਲਿਖਣਾ, ਭੈਣਾਂ ਨੂੰ ਕਹਿਣਾ ਪੈਣੀ ਆ ਕਰੀ ਕਿਹਾ ਦੋ ਅਸਥਾਈ ਅੰਤਰਾ ਪੂਰਾ ਕਰੀ, ਮੈਂ ਸਵੇਰੇ ਜਾਣਾ ਫੈਂਟੇ 'ਚ ਖੜਾਉਣੇ, ਮੈਂ ਬੋਲਦਾ ਤੂੰ ਲਿਖੀ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਜਿਹੜਾ ਵੀ ਕਰਨਾ ਵੀ, ਇਸ ਤਰ੍ਹਾਂ ਦੀ ਸਿੱਖਿਆ ਮਿਲੀ ਵੀ, ਇਸ ਤਰ੍ਹਾਂ ਦਾ ਪਾਲਣ ਪੋਸ਼ਣ। ਜਦੋਂ ਐਕਸੀਡੈਂਟ ਹੋਇਆ ਉਹਨਾਂ ਨੇ ਬਚਾਇਆ ਚੱਕ ਕੇ, ਲੇਕਿਨ ਜਦੋਂ ਮੈਨੂੰ ਹੋਸ਼ ਆਈ ਇੰਨਾ ਤੈਨੂੰ ਪਿਆਰ ਕਰਾਂ ਦੀ ਸ਼ੋਰਤ ਦਾ ਪਤਾ ਲੱਗਿਆ ਵੀ ਆਹ ਕੀ ਗਾਣਾ ਇੰਨਾ ਹਿੱਟ ਹੋ ਗਿਆ ਡਿੱਗੇ ਦਿਓ, ਜਦੋਂ ਉੱਠਿਆ ਉਦੋਂ ਖੁੱਲੀ ਵੀ ਠੀਕ ਹੈ, ਪਤਾ ਨਹੀਂ ਕਿਵੇਂ ਬਚਾ ਲਿਆ, ਥੱਪੜ ਸੀ ਪੈ ਰਹੇ ਸੀ ਉਦੋਂ, ਕਿਉਂਕਿ ਨਾਮਧਾਰੀਆਂ ਦੇ ਜਿਸ ਤਰ੍ਹਾਂ ਮੈਂ ਵਿਆਹ ਕਰਿਆ ਇਸ ਤਰ੍ਹਾਂ ਨਹੀਂ ਹੁੰਦੇ, ਖੁੱਲਿਆਂ ਵਾਂਗੂ ਉਹਨਾਂ ਦੇ ਹੋਰ ਤਰ੍ਹਾਂ ਹੁੰਦੇ। ਅਤੇ ਅਚਾਨਕ ਫਾਈਨ ਟੱਚ ਕੰਪਨੀ ਦਾ ਫੋਨ ਆਉਂਦਾ ਵੀ ਆਹ ਮੁੰਡਾ ਕੌਣ ਆ ਜਿਹਨੇ ਲਿਖਿਆ ਵੀ ਜਿਵੇਂ ਹੁੰਦਾ ਪਰਦੇਸੀ ਨੂੰ ਕਰਾਂ, ਆਹ ਲਾਈਨ ਇੰਨੀ ਕਰਕੇ ਵੀ ਇਹਨੂੰ ਪਕੜ ਕੇ ਲੈ ਕੇ ਆਓ। ਨਿੱਕੂ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ ਜਾਣਦਾ ਜੀ, ਅੰਗਰੇਜ਼ ਅਲੀ ਦੇ ਥਰੂ ਇਹ ਉਹ ਐਂ ਕਰਕੇ ਜਾਣਦੇ ਸੀ ਸਾਰੇ, ਅਤੇ ਉੱਥੇ ਚੱਕ ਕੇ ਲੈ ਗਏ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਪਹਿਲਾਂ ਵੀ ਮੈਂ ਗੱਲ ਕਹੀ ਸੀ, ਮੈਂ ਕਿਸੇ ਦਾ ਬਲੇਮ ਨਹੀਂ ਕਰਨਾ ਕਿਸੇ ਨੂੰ, ਠੀਕ ਹੈ, ਕੋਈ ਧੱਕੇ ਨਾਲ ਤੇਰੇ ਮੂੰਹ 'ਚ ਨਹੀਂ ਪਾਉਂਦਾ, ਮੇਰੇ 'ਚ ਨਹੀਂ ਪਾਉਂਦਾ, ਮੇਰੇ ਬਾਪੂ ਨੇ ਅੱਜ ਤੱਕ ਕਿਤੇ ਹੱਥ ਵੀ ਨਹੀਂ ਲਾਇਆ, ਬੋਕਸਿੰਗ ਖੇਡਦੇ ਕਰਦੇ ਸੀ, ਬੋਕਸਿੰਗ ਛੱਡਤੀ ਜਦੋਂ ਕਿਹਾ ਵੀ ਅੰਡਾ ਮੀਟ ਖਾ ਲੈ, ਹਲਕੀ ਜੀ ਫੀਮ ਖਵਾ ਦੇਣੀ। ਉੱਥੇ ਕੰਮ ਜਿਹੜਾ ਸਟਾਈਲ ਹੈ ਫਾਈਨ ਟੱਚ ਦਾ ਬੰਬੇ ਵਾਲਾ, ਮੁੰਬਈ ਵਾਲਾ, ਮਿਊਜ਼ਿਕ ਡਾਇਰੈਕਟਰ ਵੀ ਬੈਠਾ, ਪ੍ਰੋਡਿਊਸਰ ਬੈਠਾ, ਸਿੰਗਰ ਬੈਠਾ, ਕੰਪੋਜ਼ਰ ਬੈਠਾ, ਗੀਤਕਾਰ ਬੈਠਾ, ਪੂਰਾ ਕੇ ਜਦੋਂ ਫੀਮ ਖਾ ਲੈਣੀ ਆ ਲੱਗਣਾ ਵੀ ਗੱਲ ਹੀ ਕੋਈ ਨਹੀਂ, ਕੋਈ ਸੱਟ ਸੁੱਟ ਵੱਜੀ ਨਹੀਂ, ਕੋਈ ਵੀ ਸਾਰੀ ਸਾਰੀ ਰਾਤ ਬੈਠੇ ਲਿਖੀ ਜਾਣਾ। ਅਤੇ ਇਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿਸੇ ਇੰਟਰਵਿਊ 'ਚ ਵੀ ਉਹ ਤੂੰ ਕੋਈ ਗੱਲ ਨਹੀਂ, ਤੂੰ ਉਹ ਸ਼ੱਕ ਇੱਥੇ ਸੋਨੇ ਦੀਆਂ ਡੱਬੀਆਂ ਹੋਇਆ ਕਰਨਗੀਆਂ। ਅੱਛਾ, ਜਦੋਂ ਉਹ ਲੱਗਦਾ ਲੱਗਦਾ ਜਦੋਂ ਬਿਮਾਰ ਹੋਏ ਲੋਹੇ ਦੀ ਵੀ ਨਹੀਂ ਰਹੀ, ਲੋਹੇ ਦੀ ਨਹੀਂ ਲੱਭੀ, ਚਲੋ ਵਸਦੇ ਰਹਿਣ ਉਹ ਵੀ। ਹਾਂ ਸਾਰੇ ਮੈਂ ਕਿਸੇ ਨਾਲ ਗਾਇਕਾਂ ਨੇ ਤੁਹਾਨੂੰ ਆਪਣੇ ਮਕਸਦ ਲਈ
ਨਸ਼ੇ ਵਾਲੇ ਪਾਸੇ ਤੋਰਤਾ। ਲੇਕਿਨ ਮੈਂ ਫਿਰ ਉੱਥੇ ਆਉਂਗਾ ਵੀ ਕਿਸੇ ਨੂੰ ਕਿਉਂ ਕਹਾਂ ਮੇਰੇ ਕਿਹੜਾ ਧੱਕੇ ਨਾਲ ਕਿਸੇ ਨੇ ਮੂੰਹ ਪਾਤਾ। ਇੱਥੇ ਵੀ ਗੱਲ, ਇੱਥੇ ਵੀ ਗੱਲ ਠੀਕ ਹੈ ਨਾ। ਇੱਥੇ ਮੈਂ ਉਸ ਗੱਲ ਨੂੰ ਮੰਨਦਾ, ਮਨ ਮੰਨ ਗਿਆ ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ। ਗੱਲ ਇਹ ਆ ਇੱਥੇ ਕਿ ਉਹ ਮੈਂ ਦੋ ਲਾਈਨਾਂ ਚ ਵੀ ਛੋਟੀ ਰਵਾਈ ਚ ਤੈਨੂੰ ਗੱਲ ਮਜ਼ੇ ਵਾਲੀ ਸੁਣਾਉਣਾ ਵੀ ਸੱਚ ਕਹਿੰਦੇ ਸਿਆਣੇ ਉਹਦੇ ਕਮਲੇ ਸਿਆਣੇ ਜਿਹਦੀ ਕੋਠੀ ਵਿੱਚ ਤਾਣੇ। ਬਿਲਕੁਲ ਇਹ ਸਮੇਂ ਵਾਲੀ ਬੈਠ ਮੈਨੂੰ ਚੋਣੀ ਚਾਹੀਦੀ ਸੀ, ਜਦੋਂ ਸਮਾਂ ਸੀ ਇਹ ਸਮੇਂ ਵਾਲੀ ਬੈਠ ਮੈਨੂੰ ਚੋਣੀ ਚਾਹੀਦੀ ਸੀ, ਨਹੀਂ ਫਿਰ ਇੰਨੀ ਕੁ ਤਾਂ ਮੇਰੇ ਨਾਲ ਹੋਣੀ ਚਾਹੀਦੀ ਸੀ। ਕਿਆ ਬਾਤ ਹੈ, ਤੁਸੀਂ ਇਹਨਾਂ ਗੱਲਾਂ ਦੇ ਵਿੱਚ ਹੀ ਸਾਰੀ ਗੱਲ ਮੁਕੰਮਲ ਕਰ ਦਿੱਤੀ। ਸ਼ਹਿਬਾਜ਼ ਭਾਈ ਜੀ ਇਹ ਦੱਸੋ ਕਿ ਜਦੋਂ ਵੱਡਾ ਭਰਾ ਇਹੋ ਜਿਹੀਆਂ ਗੱਲਾਂ ਦੱਸਦਾ ਇਹੋ ਜਿਹੀ ਪੀੜ ਆ ਜਿਹੜੀ ਉਹ ਸਾਂਝੀ ਕਰਦਾ, ਹਾਂਜੀ ਅੰਦਰਾਂ ਚੀਰਿਆ ਜਾਂਦਾ ਕਿ ਨਹੀਂ ਭਰਾ ਤੁਹਾਡਾ ਜਿੱਥੋਂ ਮੁੜ ਕੇ ਆਇਆ ਜਿਹੜੇ ਹਾਲਾਤ ਦੇ ਵਿੱਚੋਂ ਆਇਆ, ਡਾਕਟਰਾਂ ਨੇ ਜਵਾਬ ਦਿੱਤਾ ਵੀ ਨਹੀਂ ਬਚਣਾ ਲੈ ਜਾਓ ਇਹਨੂੰ ਕੁਛ ਕੁ ਘੰਟਿਆਂ ਦੀ ਗੱਲ ਹੈ, ਉਹ ਸਾਰੇ ਕੁਛ ਨੂੰ ਚਿਤਵਕੇ ਕੀ ਮਹਿਸੂਸ ਕਰਦੇ ਹੋ? ਦੇਖੋ ਜੀ ਭਰਾ ਤਾਂ ਕਿਤੋਂ ਮਿਲਣਾ ਨਹੀਂ ਅਤੇ ਅੰਦਰ ਤਾਂ ਚੀਰਿਆ ਜਾਂਦਾ ਦੁੱਖ ਹੁੰਦਾ, ਉਹਨਾਂ ਕਲਾਕਾਰਾਂ 'ਤੇ ਵੀ ਬੜਾ ਗੁੱਸਾ ਆਉਂਦਾ ਜਿਨ੍ਹਾਂ ਨੇ ਸਾਂਭਿਆ ਨਹੀਂ, ਸਾਂਭਣ ਤਾਂ ਬਣਦਾ ਸੀਗਾ ਅਤੇ ਦੁੱਖ ਤਾਂ ਬਹੁਤ ਹੁੰਦਾ ਜੀ। ਤੁਹਾਨੂੰ ਵੀ ਕਦੇ ਕਿਸੇ ਨੇ ਕਿਹਾ ਕਿ ਨਹੀਂ ਵੀ ਆਹ ਮਾੜੀ ਜਿਹੀ ਲਾ ਲਾ ਇਹ ਨਗਣੀ ਐਂ ਫੱਟੇ ਚੱਕ ਦੂ ਕਮਾਲ ਕਰ ਦੂ ਮਾੜਾ ਮੋਟਾ, ਤੁਸੀਂ ਵੀ ਕਰਦੇ ਰਹੇ ਸੇਵਨ ਕਿ ਨਹੀਂ? ਨਹੀਂ ਕਰ ਲੈਂਦਾ ਮੈਂ, ਹੁਣ ਵੀ ਕਰ ਲੈਂਦਾ, ਇਹ ਨਹੀਂ ਮੈਂ ਕਰਦਾ ਨਹੀਂ, ਪਰ ਮੈਂ ਕਿਸੇ ਨੂੰ ਬਲੇਮ ਨਹੀਂ ਕਰਦਾ। ਮੈਨੂੰ ਕਿਸੇ ਨੇ ਲਾਇਆ, ਮੇਰੀ ਸੰਗਤ ਪਹਿਲਾਂ ਤੋਂ ਹੀ ਸੀ ਪੜ੍ਹਨ ਦਾ ਸੀਗਾ ਅਤੇ ਬਾਈ ਬਾਹਰ ਅੰਦਰ ਜਾਂਦਾ ਸੀ ਗਾਣੇ ਇਹੀ ਮੇਰੇ ਲੈ ਜਾਂਦਾ ਸੀਗਾ ਅਤੇ ਮੈਨੂੰ ਕਿਸੇ ਕਲਾਕਾਰ ਨਾਲ ਕੋਈ ਸ਼ਿਕਵਾ ਨਹੀਂ ਵੀ ਮੈਨੂੰ ਕਿਸੇ ਨੇ ਲਾਤਾ ਖਾਣ। ਪਰ ਬਾਈ ਜੀ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਪਰ ਆਇਆ, ਦੇਖੋ ਭਰਾਵਾਂ 'ਚ ਹਰੇਕ ਗੱਲ ਸਾਂਝੀ ਹੁੰਦੀ ਹੈ, ਕੋਈ ਲੁਕੋ ਨਹੀਂ ਹੈ ਨਾ। ਜਿਵੇਂ ਤੁਹਾਡੇ ਦੋਸ਼ ਨੇ ਵੀ ਇਹ ਕਹਿੰਦੇ ਨੇ ਵੀ ਕਲਾਕਾਰਾਂ ਨੇ ਆਪਣਾ ਮਤਲਬ ਕੱਢਣ ਦੇ ਲਈ ਕੁਝ ਇੱਕ ਨੇ ਇਹਨਾਂ ਨੂੰ ਗਲਤ ਰਾਏ ਪਾ ਦਿੱਤਾ ਹੈ ਨਾ, ਤੇ ਮੁੜ ਕੇ ਜਦੋਂ ਅੱਜ ਦੇ ਹਾਲਾਤ ਨੇ ਜਦੋਂ ਹਸਪਤਾਲ ਦੇ ਵਿੱਚ ਗੇੜੇ ਕੱਢਣੇ ਪਏ ਜਦੋਂ ਡਾਕਟਰਾਂ ਨੇ ਜਵਾਬ ਦਿੱਤੇ, ਉਸ ਵੇਲੇ ਉਹਨਾਂ ਦੇ ਵਿੱਚੋਂ ਕੋਈ ਖੜਿਆ ਨਾਲ ਕਿ ਨਹੀਂ? ਤਕਰੀਬਨ ਉਹ ਨਾ ਤਾਂ ਇਹੀ ਬਾਈ ਦੱਸ ਸਕਦਾ ਵੀ ਕਿਹੜੇ ਕਿਹੜੇ ਬੰਦੇ ਸੀ ਉਹ, ਮੈਂ ਜਿਹੜੇ ਆਏ ਆ ਬੰਦੇ ਉਹਨਾਂ ਦਾ ਜ਼ਿਕਰ ਕਰ ਸਕਦਾ, ਇੰਦਰਜੀਤ ਨਿੱਕੂ ਆਇਆ, ਬਲਕਾਰ ਸਿੱਧੂ, ਹਰਿੰਦਰ ਸੰਧੂ, ਗੱਲ ਹਰਦੀਪ, ਬਲਕਾਰ ਅਣਖੀਲਾ ਵਗੈਰੇ ਜਿੰਨੇ ਹੈਗੇ ਇਹ ਸਾਰੇ ਬੰਦੇ ਆਏ ਜੀ। ਇਹ ਤਾਂ ਉਹ ਲੋਕ ਹੋ ਗਏ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਦੇ, ਹੁਣ ਜਿਵੇਂ ਤੁਸੀਂ ਕਿਹਾ ਵੀ ਗਿੱਲ ਹਰਦੀਪ ਹੋਰਾਂ ਨੇ ਕੋਈ ਗਾਣਾ ਨਹੀਂ ਗਾਇਆ ਪਰ ਕਲਮ ਨੂੰ ਪਿਆਰ ਕਰਦੇ ਸੀ ਤੇ ਉਹ ਆਏ, ਪਰ ਜਿਨ੍ਹਾਂ ਲੋਕਾਂ ਨੇ ਆਪਣੇ ਮਤਲਬ ਕੱਢੇ, ਜਿਨ੍ਹਾਂ ਲੋਕਾਂ ਨੇ ਆਪਣੇ ਨਾਂ ਚਮਕਾਏ ਤੁਹਾਡੀ ਕਲਮ ਦਾ ਕਰਕੇ, ਉਹਨਾਂ ਦੇ ਵਿੱਚੋਂ ਕੋਈ ਨਾਲ ਖੜਾ ਹੋਇਆ ਕਿ ਨਹੀਂ ਵੀ ਅੱਜ ਦੇ ਮਾੜਾ ਟਾਈਮ ਹੈ ਤਾਂ ਅਸੀਂ ਨਾਲ ਖੜਦੇ ਹਾਂ? ਨਹੀਂ ਉਹਨਾਂ 'ਚ ਕੋਈ ਨਹੀਂ ਹੋਇਆ, ਉਹ ਬੰਦੇ ਜਿਹੜੇ ਸੀਗੇ ਉਹਨਾਂ ਦੀ ਆਪਣੀ ਹਾਲਤ ਚੰਗੀ ਹੈ ਇਸ ਵੇਲੇ, ਵਧੀਆ ਸੈੱਟ ਆ ਜੀ, ਬਾਹਰ ਕੈਨੇਡਾ ਅਮੈਰੀਕਾ ਸੈੱਟ ਆ ਸਿੰਗਰ। ਤੇ ਇੱਕ ਮੈਂ ਹੋਰ ਗੱਲ ਕਹਿਣੀ ਚਾਹੂੰਗਾ, ਅਸੀਂ ਥੋੜਾ ਜਿਹਾ ਲਿਹਾਜ਼ਾਂ ਪੂਰਨ ਦੇ ਪੱਖ 'ਚ ਵੀ ਜ਼ਿਆਦਾ ਹੀ ਰਹਿ ਗਏ, ਕਿਸੇ ਦੇ ਵਿਆਹ 'ਤੇ ਸਿੰਗਰ ਲਾ ਦੇਣੇ ਉਹ ਸਾਨੂੰ ਨਿੱਕੂ ਹੁਣੀ ਲਾਂਭੇ ਵੀ ਦਿੰਦੇ ਆ, ਮੰਨ ਲਓ ਵੀ ਇੱਕ ਵਿਆਹ 'ਤੇ ਕੋਈ ਯਾਰ ਦੋਸਤ ਆ ਉਹਦੇ ਵਿਆਹ 'ਤੇ 7-8 ਸਿੰਗਰ ਸਾ ਦਿੱਤੇ, ਉਹ ਤੋਂ ਵੀ ਕੁਛ ਨਹੀਂ ਲਿਆ ਤੇ ਉਹਨਾਂ 'ਤੇ ਵੀ ਦਬਾਅ ਪਾਤਾ, ਬਲਕਾਰ ਨੂੰ ਵੀ ਸੱਦ ਲਿਆ, ਕਲਾਕਾਰ ਇਹਨਾਂ ਨੂੰ ਕੁਛ ਮਿਲਿਆ ਹੋ, ਹਾਂ ਇਹ ਸੋਚਦੇ ਸਰਤਾ ਪੁਗਾਲੀ ਮਿਲਿਆ ਕੁਛ ਨਹੀਂ, ਉਹਨਾਂ ਦਾ ਲਾਂਭਾ ਸਾਡੇ ਸਿਰ ਆ ਵੀ ਤੁਸੀਂ ਨਾਲੇ ਤਾਂ ਉਹਨਾਂ ਤੋਂ ਲੈਂਦੇ, ਆ ਜੋ ਵੀ ਅਮਰੀਕਾ ਕੈਨੇਡਾ ਸੈੱਟ ਆ ਜਿਨ੍ਹਾਂ ਦੇ ਵਿਆਹ ਤੇ ਲਾਏ ਵੀ ਸੀ ਉਹ ਵੀ ਕੋਈ ਹਾਲ ਨਹੀਂ ਪੁੱਛਦਾ ਜੀ, ਤੇ ਹਾਂ ਵੱਡੀ ਗੱਲ ਇਹ ਸੀ ਅਸੀਂ ਹੋ ਗਏ, ਕਲਾਕਾਰਾਂ ਦਾ ਵੀ ਅਸਾਨ ਲੈ ਲਿਆ ਤੇ ਮੂਹਰੇ ਵੀ ਕੁਛ ਨਹੀਂ ਲਿਆ, ਇੱਕ ਨਹੀਂ ਘੱਟੋ ਘੱਟ 5-7 ਵਿਆਹ ਤਾਂ ਮੈਂ ਕਰਤੇ ਹੋਣੇ ਆ, ਬਾਈ ਦਾ ਤਾਂ ਪਤਾ ਹੀ ਨਹੀਂ ਕਿੰਨੇ ਜਣੀ ਮੇਲੇ ਮੂਲੇ ਕਿੰਨੇ ਕਰਦੇ ਆ, ਉਹ ਬਾਅਦ 'ਚ ਅਹਿਸਾਸ ਹੋਇਆ ਵੀ ਇਹ ਛਾਪ ਤਾਂ 2000 ਦੀ ਹੁੰਦੀ ਹੈ ਤੇ ਕਲਾਕਾਰ ਉੱਥੇ 10 ਲਾ ਤੇ ਆ ਕੀ ਹੋ ਗਿਆ, ਵੀ ਛਾਪ ਜਿਹਾ ਮੈਟਰ ਕਰਕੇ ਵੀ ਛਾਪ ਪੈਣੀ, ਉਹ ਬਾਬਾ ਜੀ ਉੱਥੇ ਛਾਪ ਪੈਣੀ ਆ ਸੋਨੇ ਦੀ, ਸਾਲਾ ਬਾਅਦ 'ਚ ਪਤਾ ਲੱਗਿਆ ਤੇ 2000 ਦੀ ਬਣ ਜਾਂਦੀ ਹੈ, ਸਾਲਾ ਕਲਾਕਾਰ ਲਾ ਤੇ 2-2 ਲੱਖ ਦਾ ਇੱਕ ਸੀ, ਆ ਕੀ ਹੋ ਗਿਆ? ਉਹ ਬਾਅਦ 'ਚ ਜਦੋਂ ਕਲਾਕਾਰਾਂ ਨੇ ਜਿਤਾਇਆ ਕਿਉਂਕਿ ਕਬੱਡੀ ਵਾਲੇ ਇਹ ਨਹੀਂ ਹੁੰਦਾ ਵੀ ਕਬੱਡੀ ਵਾਲਿਆਂ ਕੋਲ ਦਿਮਾਗ ਨਹੀਂ, ਤੁਹਾਨੂੰ ਮਤਲਬ ਇਹ ਹੈ ਵੀ ਛਾਪਾਂ ਨੇ ਵੀ ਚੰਬਿਆ, ਹਾਂ ਛਾਪਾਂ ਉਹ ਆ ਸਨਮਾਨਾਂ ਦੇ ਵੀ, ਸਨਮਾਨ ਵੀ ਇੱਕ ਸਾਨੂੰ ਕਹਿ ਲਓ ਵੀ ਲਾਲਚੀ ਦਿੱਤਾ ਗਿਆ ਸੀ ਜੀ, ਉਹ ਲੱਕੜ ਦੇ ਕੁੱਕੜ ਦੇ ਵੀ ਮਿਲੇ ਹੋਏ ਆ, ਹਾਂ ਹਾਂਜੀ ਹਾਂਜੀ, ਉਹ ਇੱਕ ਵਕਤ ਇਹ ਜਾ ਆਇਆ ਵੀ ਹੈਲੋ ਗੱਡੀ 'ਚ ਤੇਲ 10 ਕਿੰਨਾ ਪਾਏਗਾ, ਆ ਤੂੰ ਘਰੇ ਰੱਖ ਲੈ ਜਾਂ ਮੇਰੇ ਘਰੋਂ ਲੈ ਜਾ ਭਰਾਵਾ, ਇਹ ਕਦੇ ਕਈ ਵਾਰੀ ਮਨ ਕਰਦਾ ਵੀ ਮੇਰੀਆਂ ਟਰਾਫੀਆਂ ਉਹਨਾਂ ਦੀ ਸ਼ਾਪ ਹੀ ਖੋਲ ਲਈ, ਹਾਂ ਵੀ ਸ਼ਾਇਦ ਇਹੀ ਬਿਜ਼ਨਸ ਚੱਲ ਪਿਆ, ਤੁਸੀਂ ਯਕੀਨ ਮੰਨਿਓ ਆਹ ਤੇ ਬਹੁਤ ਹੀ ਹੈਰਾਨੀ ਵਾਲੀ ਗੱਲ ਸੀ ਵੀ ਆਹ ਸ਼ਾਇਦ ਵੀ ਸ਼ਾਪ ਪੈਣੀ ਆ ਵੀ ਸੋਨੇ ਦੀ ਜਾਂ ਚੈਨੀ ਪੈਣੀ ਆ ਜਾਂ ਇੱਕ ਨਾ ਕੱਲਾ ਐਡਾ ਕੁ ਲੋਕਟ ਜਿਹਾ ਬਣਾ ਕੇ ਉੱਤੇ ਜੀ ਲਿਖਿਆ ਹੋਣਾ, ਮੈਡਲ ਜੀ ਮੈਡਲ ਟਾਈਪ ਕਹਿ ਲਓ, ਜੀ ਲਿਖਿਆ ਗੁਰਵਿੰਦਰ ਵੀ ਬਣਦਾ, ਗੁਰਚਰਨ ਵੀ ਬਣਦਾ, ਗਾਮਾ ਵੀ ਬਣਦਾ, ਹੈਂ ਗੁਰਨਾਮ ਵੀ ਬਣਦਾ, ਮੈਂ ਕਹਿਣਾ ਮੈਡਲ ਪੈਣਾ ਉੱਥੇ, ਉਹ ਜਦੋਂ ਆ ਕੇ ਮੈਂ ਪਤਾ ਕਰਿਆ ਕਹਿੰਦੇ 1500 ਦਾ ਬਣ ਜਾਂਦਾ, ਮੈਂ ਪਤਾ ਕਰ ਲਾ ਤੇ ਉੱਥੇ ਇੰਨੇ ਲੱਖਦੇ ਆ, ਉਹ ਲਾਂਭੇ ਸਾਡੇ ਸਿਰ ਰਹਿ ਗਏ ਕਲਾਕਾਰਾਂ ਦੇ, ਬਾਅਦ 'ਚ ਸਾਡੇ ਸਿਰ ਆਏ।
ਕਈਆਂ ਨਾਲ ਥੋੜ੍ਹੇ ਸ਼ਿਕਵੇ ਵੀ ਜਿਹਨਾਂ ਨੂੰ ਨਾ ਕੰਨੋਂ ਫੜ ਕੇ ਐਂ ਲੈ ਕੇ ਆਉਂਦਾ, ਮੰਨ ਲਓ ਕੋਈ ਕਟਿੰਗ ਕਰਦਾ ਸੀ, ਕੋਈ ਭੱਠੇ 'ਤੇ ਲੱਗਿਆ ਵਾ ਸੀ, ਜਿਹੜਾ ਅਸਲੀ ਜਿੱਥੇ ਆਪਦਾ ਉਹ ਸੀ ਹੱਕ, ਅਤੇ ਜਿਹਨਾਂ 'ਤੇ ਆਪ ਪੈਸੇ ਲਾਏ, ਇਹ ਤਾਂ ਚਲੋ ਛੱਡੋ ਨਾ, ਫਾਈਨ ਟੱਚ ਕਰਦੀ ਸੀਗੀ, ਰੂਬੀ ਵਰਗਾ ਪ੍ਰੋਡਿਊਸਰ ਹੋਣਾ ਹੀ ਨਹੀਂ, ਨਾ ਹੀ ਕਿਸੇ ਨਾਲ ਸੱਥਰੀ ਪਈ ਹੈ ਨਾ ਪੈਣੀ ਹੈ। ਉਹ ਅੱਗੇ ਨਹੀਂ ਕੀਤਾ, ਪਿੱਛੇ ਨਹੀਂ ਕੀਤਾ, ਉਹ ਬਾਅਦ ਦੀਆਂ ਗੱਲਾਂ ਨੇ, ਲੇਕਿਨ ਇਹ ਜਿਹਨਾਂ 'ਤੇ ਆਪ ਲਾਏ, ਚਾਹੇ ਇੱਕ ਲੜਕੀ ਵੀ ਸੀ ਵਿੱਚ ਉਹਨਾਂ ਦੇ, ਕਿ ਉਹਨਾਂ 'ਤੇ ਜਿਹੜਾ 10-10 ਲੱਖ ਰੁਪਈਆ ਕੋਲੋਂ ਵੀ ਲਾਇਆ, ਵੀ ਚਾਹੇ ਜਿਹਨਾਂ 'ਚ ਨੀਤ ਸਾਫ਼ ਨਹੀਂ, ਫਿਰ ਉਹ ਨਹੀਂ, ਤੈਨੂੰ ਪਤਾ ਇਕੱਲੀ ਗੀਤਕਾਰੀ, ਹੁਣ ਮੈਂ ਕਿਹੜਾ ਗੁਰਨਾਮ ਗਾਮਾ ਬਣਨ ਦੇ ਚੱਕਰ 'ਚ ਉਹ ਟੇਪ ਕਰਦਾ ਸੀ। ਮੈਨੂੰ ਤਾਂ ਇਹ ਸੀਗਾ ਵੀ ਯਾਰ ਜੇ ਇੱਕਦਮ ਮੇਰਾ, ਇਹ ਤਾਂ ਚੱਲੇ ਵੀ ਕਲਾਕਾਰ ਹੈ, ਇਹ ਤਾਂ ਗੀਤ ਚੱਲ ਜਾਣਗੇ ਚਾਰ, ਜੇ ਮੇਰਾ ਮੁੰਡਾ ਚੱਲ ਜੂਗਾ ਤਾਂ ਚੱਲ ਚਾਰ ਪੈਸੇ ਲੈ ਕੇ ਆਇਆ ਕਰੂੰਗਾ। ਲੇਕਿਨ ਉਹ ਚੱਲੇ ਵੀ ਤਾਂ ਫਿਰ ਉਹ ਐਂ ਹੁੰਦਾ ਸੀਗਾ ਵੀ ਟੇਪ ਚੱਲ ਗਈ ਹੈ ਮੇਰੀ, ਹੁਣ ਗਾਮਾ ਮਰ ਜੇ, ਕੰਪਨੀ ਜਿਹਦੇ 'ਚ ਇਹਨੇ ਰਿਲੀਜ਼ ਕਰਾਇਆ ਉਹ ਵੀ ਮਰ ਜੇ, ਪੈਸਾ ਜਿਹੜਾ ਮੇਰੇ ਘਰੇ ਆ। ਬਾਈ ਜੀ, ਆਪਾਂ ਨਾ ਤੁਹਾਡੀ ਗੱਲਬਾਤ ਇਸੇ ਤਰੀਕੇ ਨਾਲ ਸੁਣਦੇ ਰਹਿਣਾ ਤੇ ਅੱਗੇ ਤੋਂ ਅੱਗੇ ਸਵਾਲ ਵੀ ਕਰਦੇ ਰਹਿਣਾ, ਪਰ ਪਹਿਲਾਂ ਇੱਕ ਵਕਫਾ ਲੈ ਲਈਏ। ਜੱਜ ਦਾ ਵਿਚਾਰ। ਬਾਈ ਜੀ, ਤੁਸੀਂ ਕੋਈ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਸੀ, ਤੁਸੀਂ ਵਕਫੇ ਤੋਂ ਜਦੋਂ ਨਾ ਬਾਅਦ ਗੱਲ ਕਹੀ ਸੀ ਵੀ ਇੱਕ ਆ ਵੀ ਸਾਂਝੀ ਕਰਨੀ ਮੇਰੀ ਰਹਿ ਗਈ ਆ, ਕਿਹੜੀ ਆ ਉਹ? ਠੀਕ ਹੈ, ਉਹ ਤੁਹਾਡੀ ਗੱਲ ਨਾਲ ਹੀ ਜੋੜਦਾ ਮੈਂ, ਕਿਉਂਕਿ ਉਹ ਬੜਾ ਅੱਛਾ ਔਰ ਤਿੱਖਾ ਸਵਾਲ ਸੀਗਾ ਵੀ ਜਿਹੜਾ ਵੀ ਸਿੰਗਰਾਂ ਦਾ ਇਹ ਹੈ ਵੀ ਉਹ ਐਂ ਖਾ ਲੈਂਦੇ ਆ ਅਤੇ ਉਹ ਕਰ ਲੈਂਦੇ ਆ, ਕਰ ਲੈਂਦੇ ਆ ਨਸ਼ੇ ਪੱਤੇ ਵਾਲੀ ਗੱਲਬਾਤ, ਉਦੋਂ ਮੈਂ ਤੁਹਾਨੂੰ ਐਕਸਪਲੇਨ ਕਰਤਾ ਵੀ ਉਹਦਾ ਕਾਰਨ ਆ ਸੀ, ਸੱਟ ਵੱਜੀ ਅਤੇ ਐਂ ਕਰਕੇ ਉਹ ਆ ਗੱਲ ਐਂ ਹੋਈ ਹੈ ਨਾ। ਇਹ ਜਿਵੇਂ ਤੁਸੀਂ ਭਲਵਾਨ ਜੀ ਨੂੰ ਵੱਧ ਮਿਲਦੇ ਹੋ ਬਾਈ ਨੂੰ, ਮੈਂ ਬਾਈ ਕਹਿੰਦਾ, ਬਾਈ ਸ਼ਬਦ ਮੈਂ ਵਰਤਿਆ ਨਹੀਂ ਕਿਸੇ ਲਈ, ਬਿਲਕੁਲ ਨਹੀਂ ਵਰਤਿਆ, ਮੈਂ ਸਿਰਫ ਅੱਜ ਤੱਕ ਹਰਵਿੰਦਰ ਨੂੰ ਬਾਈ ਕਿਹਾ। ਵਾਹ, ਉਹਦਾ ਮਤਲਬ ਹੈ ਕੋਈ ਬਾਈ ਸ਼ਬਦ ਹੁੰਦਾ, ਅਸੀਂ ਵੀ ਸਾਡੇ ਠੇਠ ਪੰਜਾਬੀ 'ਚ ਪਿਤਾ ਜੀ ਨੂੰ ਬਾ ਕਹਿੰਦੇ ਆ। ਬਾ ਈ ਜਦੋਂ ਪਿੱਛੇ ਲਾਉਂਦੇ ਹਾਂ ਮਤਲਬ ਪਿਓ ਵਰਗਾ ਈ, ਬਾਈ। ਅੱਛਾ ਜੀ, ਇਹਦਾ ਮਤਲਬ ਇਹ ਹੁੰਦਾ। ਵਾਹ, ਬਾਈ ਸ਼ਬਦ ਨਹੀਂ ਮੈਂ ਕਿਸੇ ਲਈ ਵਰਤਿਆ ਹੀ ਨਹੀਂ ਅੱਜ ਤੱਕ। ਮੈਂ ਕਹਿੰਦਾ ਵੀਰ ਕੀ ਹਾਲ ਹੈ, ਹੋਰ ਬਾਈ ਹੋਰ ਕਹਿਣਾ ਸਭ ਕਿੱਦਾਂ ਇਸ ਤਰੀਕੇ ਨਾਲ, ਕਿਉਂਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਮੈਂ ਕਿੰਨਾ ਕੁ ਸੱਚ ਬੋਲਦਾ ਕਿੰਨਾ ਕੁ ਝੂਠ ਬੋਲਦਾ, ਕਿਉਂਕਿ ਮੇਰਾ ਹੀ ਆਪਣਾ ਲਿਖਿਆ ਹੋਇਆ ਵਾ ਵੀ ਨਾਲੇ ਚੋਰ ਨਾਲੇ ਚਿਤਰਾਈਆਂ ਕਿਉਂ ਖੇਡੇ ਲੁਕਣ ਮਚਾਈਆਂ, ਇਹ ਘਰ ਦੀਆਂ ਕੰਧਾਂ ਉੱਚੀਆਂ ਕਰਕੇ ਕਿਉਂ ਲਗਵਾਇਆ ਕੱਚ, ਜੇ ਆ ਪੱਲੇ ਸੱਚ ਵੇਲੀਆ ਜੇ ਆ ਪੱਲੇ ਸੱਚ। ਵੀ ਮੈਂ ਇਸ ਤਰ੍ਹਾਂ ਦੇ ਮਾਹੌਲ ਵਾਲਾ, ਇਸ ਤਰ੍ਹਾਂ ਦੇ ਸੰਸਕਾਰਾਂ ਨਾਲ ਪੜ੍ਹਨ ਵਾਲਾ ਬੱਚਾ ਜਿਹਨੇ ਮਤਲਬ ਘਰ 'ਚ ਇਹੋ ਜਿਹਾ ਕੁਛ ਸਿੱਖਿਆ ਵੀ ਝੂਠ ਬੋਲਣ ਵਾਲੀ ਗੱਲਬਾਤ ਕਿਤੇ ਹੈ ਹੀ ਨਹੀਂ, ਉਹ ਜਿੱਥੇ ਕਿਤੇ ਬਾਣੀ ਦਾ ਕੋਈ ਜਵਾਕ ਵੀ ਪੜ੍ਹਦੇ ਨਾ ਉਹ ਸ਼ਬਦ ਤਾਂ ਹੈਗਾ ਹੈਪੀ ਸੱਚ, ਲੇਕਿਨ ਮੇਰਾ ਘਰ ਦਾ ਨਾਂ ਹੈਪੀ, ਉਹ ਜਦੋਂ ਪੜ੍ਹਦੇ ਹੈਪੀ ਸੱਚ ਮੈਂ ਫਿਰ ਕਹਿੰਦਾ ਹੈਪੀ ਸੱਚ ਨਹੀਂ ਪੁੱਤ ਹੈਪੀ ਸੱਚ, ਸੱਚ ਨਾਲ ਇੰਨਾ ਨੇੜਤੀ ਆ ਮੇਰੀ ਗੱਲਬਾਤ। ਲੇਕਿਨ ਇੱਥੇ ਹਰੇਕ ਹੀ ਕਹਿੰਦਾ ਵੀ ਉਹ ਕਹਿੰਦਾ ਕੀ ਹੈ ਵੀ ਹਰ ਕੋਈ ਝੂਠਾ ਝੂਠਾ ਹੈ ਅਤੇ ਹਰ ਕੋਈ ਲੁੱਚਾ ਲਫੰਗਾ, ਹਰ ਕੋਈ ਝੂਠਾ ਝੂਠਾ ਹੈ ਅਤੇ ਹਰ ਕੋਈ ਲੁੱਚਾ ਲਫੰਗਾ, ਪਰ ਹਰ ਬੰਦੇ ਨੂੰ ਲੱਗਦਾ ਜਾਣੀ ਉਹ ਦੂਜਿਆਂ ਨਾਲੋਂ ਚੰਗਾ, ਵਾਕਈ ਹਰ ਬੰਦੇ ਨੂੰ ਲੱਗਦਾ ਜਾਣੀ ਉਹ ਦੂਜਿਆਂ ਨਾਲੋਂ ਚੰਗਾ, ਹਰੇਕ ਬੰਦੇ ਨੂੰ ਐਂ ਲੱਗਦਾ। ਉਹ ਮੈਂ ਇੱਕ ਹੋਰ ਸੁਣਾਉਣਾ ਹੁੰਦਾ ਵੀ ਕੋਈ ਹਾਂ ਕੋਈ ਸੱਚਾ ਨਹੀਂ ਕੋਈ ਸੁੱਚਾ ਨਹੀਂ, ਜੇ ਬਾਬੇ ਨਾਨਕ ਮਗਰ ਚੱਲ ਗਏ ਤੇ ਇੱਕ ਨੂਰ ਤੇ ਸਭ ਜਗ ਉਪਜੇ ਕੌਣ ਭਲੇ ਕੌਮਨ, ਕੋਈ ਸੱਚਾ ਨਹੀਂ ਕੋਈ ਸੁੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਉੱਚਾ ਨਹੀਂ, ਕਿਹੜਾ ਜਿਹੜਾ ਲੁੱਚਾ ਨਹੀਂ, ਪਰ ਜਣਾ ਖੜਾ ਕਹਿੰਦਾ ਕਿ ਆਪਾਂ ਬੰਦੇ ਹੋਰ ਹਿਸਾਬ ਦੇ, ਪਤਾ ਨਹੀਂ ਕਿਹੜੇ ਹਿਸਾਬ ਦੇ, ਹਰੇਕ ਕਹਿੰਦਾ ਹਰੇਕ ਕਹਿੰਦਾ ਆਪਾਂ ਬੰਦੇ ਹੋਰ ਹਿਸਾਬ ਦੇ, ਹਿਸਾਬ ਨਹੀਂ ਸਾਬ ਸਮਝ ਆਇਆ ਕਿਹੜੇ ਦੇ, ਅੱਗੇ ਆਖਣਗੇ ਮੂੰਹ ਤੇ ਕਹਿੰਦੇ ਆ ਨਾਲੇ ਪਿੱਠ ਪਿੱਛੇ ਵੀ ਕਰਦੇ ਆ, ਵਾਹ ਵਾਹ, ਨਾਲੋਂ ਕਿਸੇ ਦਾ ਸਹਿਨੇ ਆ ਨਾਲੇ ਉੱਚੀ ਨਹੀਂ ਚੜਦੇ ਆ, ਮਾੜੇ ਦੀ ਪਗੜੀ ਲਾਉਂਦੇ ਆ ਤਕੜੇ ਮੂਹਰੇ ਲਾ ਕੇ ਧਰਦੇ ਆ, ਨਾਲੇ ਜਣਾ ਖਣਾ ਕਹਿੰਦਾ ਆਪਾਂ ਬੰਦੇ ਹੋਰ ਹਿਸਾਬ ਦੇ, ਪਤਾ ਨਹੀਂ ਕਿਹੜੇ ਹਿਸਾਬ ਦੇ ਬੰਦੇ, ਹਿਸਾਬ ਨਹੀਂ ਸਮਝ ਚ ਨਹੀਂ ਤਾਂ ਹਿਸਾਬ ਨਹੀਂ, ਮੇਰਾ ਸਾਲੋ ਗੱਲ ਉਹ ਹਿਸਾਬ ਹੀ ਸਮਝ ਚ ਨਹੀਂ ਆਇਆ ਸਾਡੇ, ਉਹ ਜਿਹੜਾ ਹਿਸਾਬ ਕਿਤਾਬ ਸਾਡੇ ਹੁਣ ਤੱਕ ਦੋਨਾਂ ਭਰਾਵਾਂ ਦੇ, ਇਹਦਾ ਜਿਹੜਾ ਸੀ ਨਾ ਮੈਂ ਉਹ ਗੱਲ ਸਾਂਝੀ ਕਰਨ ਵਾਲੀ ਵੀ ਸਾਡੇ ਉਸਤਾਦ ਜੀ ਜਿਹੜੇ ਗੁਰੂ ਜੀ ਤਾਂ ਇੱਕੋ ਹੀ ਹੁੰਦਾ ਵੀ ਮੈਂ ਜਿਹੜਾ ਕਹਿੰਦਾ ਹੁੰਦਾ ਵੀ ਪਹਿਲਾ ਗੁਰੂ ਮਾਪੇ ਅਤੇ ਦੂਜਾ ਅਧਿਆਪਕ ਹੈ, ਤੀਜਾ ਤੂੰ ਆਪੇ ਵਿੱਚ ਸਰਵ ਵਿਆਪਕ ਹੈ,
ਤੀਜਾ ਤੂੰ ਆਪੇ ਵਿੱਚੇ ਸਰਬਿਆਰਕ ਚੌਥਾ ਪੰਜਵਾਂ ਤੇ ਛੇਵਾਂ ਅੱਗੇ ਜਿਹਨੇ ਯਾਦ ਹੈ ਇੱਥੇ ਗੁਰੂ ਗੁਰੂ ਕੋਈ ਨੀ ਸਾਰੇ ਉਸਤਾਦ ਸਾਰੇ ਉਸਤਾਦ ਆਪਣੇ ਆਪਣੇ ਫਨ ਦੇ ਸਾਰੇ ਉਸਤਾਦ ਸਾਡੇ ਉਸਤਾਦ ਜੀ ਜਿਹੜੇ ਸਾਡੀ ਭੂਆ ਜੀ ਦੇ ਲੜਕੇ ਸੁਖਜੀਤ ਸ਼ਾਇਰ ਸੁਖਜੀਤ ਜੀ ਇਹਨਾਂ ਦਾ ਅੰਤਰਾਤਮਾ ਦਾ ਮਨੋਵਿਗਿਆਨ ਮੈਂ ਐਸਾ ਕਿਉਂ ਹੂੰ ਕਿਤਾਬਾਂ ਸ਼ਾਇਦ ਜੇ ਤੁਸੀਂ ਉਹਨਾਂ ਬਾਰੇ ਪੜ੍ਹਿਆ ਤਾਂ ਇਹਦੀ ਸੰਗਤ ਜਿਹੜੀ ਸੁਰਜੀਤ ਪਾਤਰ ਹੋਰਾਂ ਨਾਲ ਸ਼ਹਿਬਾਜ਼ ਦੀ ਉਹਨਾਂ ਦਾ ਨਾਂ ਜਿਹਨਾਂ ਦਾ ਨਾਂ 'ਚ ਤੁਹਾਡਾ ਇਹ ਸਵਾਲ ਰਹਿ ਗਿਆ ਵੀ ਕਬੱਡੀ ਅਚਾਨਕ ਕਿੱਧਰ ਕਿੱਧਰ ਮੈਂ ਆਪਣੇ ਆਪ ਇਹ ਕਹਿਣਾ ਚਾਹੁੰਦਾ ਵੀ ਇਹਦੀ ਸੰਗਤੀ ਜਦੋਂ ਅਸੀਂ 92 'ਚ ਕਹਿੰਦੇ ਬਹੁਤਾ ਸਿਆਣਾ ਤੇ ਉੱਜੜ ਕੇ ਵੇਖ ਅਸੀਂ 92 'ਚ ਇਸ ਪਿੰਡ ਤੋਂ ਧੂੜਕੋਟ ਰਣਸਿੰਘ ਤੋਂ ਚਲੇ ਗਏ ਸੀ ਮਾਛੀਵਾੜਾ ਜਿੱਥੇ ਜੰਗਲ ਔਰ ਸਰਤ ਤੁਸੀਂ ਪੜ੍ਹੀ ਹੈ ਯਾਰੜੇ ਦਾ ਸੱਥਰ ਜੰਗਲ ਭਟਖੇੜਿਆਂ ਦਾ ਕਹਿਣਾ ਰਹਿਣਾ ਇਹਦੀ ਸੰਗਤ ਕਿਉਂਕਿ ਉਹ ਹਫ਼ਤਾ ਬਾਅਦ ਜਿਹੜੀ ਉਹਨਾਂ ਦੀ ਸਾਹਿਤਕਾਰਾਂ ਦੀ ਉਹ ਹੁੰਦੀ ਸੀਗੀ ਇਸ ਪੱਤਰ ਸਾਹਿਬ ਸਾਹਿਤ ਸਭਾ ਦੀ ਮੀਟਿੰਗ ਸੀ ਭਨੋਟ ਜੀ ਸੁਖਜੀਤ ਹਰਬੰਸ ਮਾਛੀਵਾੜਾ ਵੱਡੇ ਸ਼ਹਿਰ ਸੀ ਜਿਹੜੇ ਉਹਨਾਂ ਦੇ ਵਿੱਚ ਇਹ ਸੁਖਜੀਤ ਜੀ ਦੇ ਨਾਲ ਹੁੰਦਾ ਸੀਗਾ ਉਹਨਾਂ ਨੂੰ ਸਾਹਿਤ ਪੜ੍ਹਨ ਦਾ ਇੰਨਾ ਜ਼ਿਆਦਾ ਸ਼ੌਂਕ ਸੀ ਇਹਨੂੰ ਪੜ੍ਹਨ ਦਾ ਅਤੇ ਮੈਨੂੰ ਕੜਨ ਦਾ ਕਿਉਂਕਿ ਜੇ ਬਚਪਨ 'ਚ ਵੀ ਮੈਨੂੰ ਕੋਈ ਪੁੱਛਦਾ ਸੀਗਾ ਵੀ ਉਹ ਕੂਕਿਆ ਮੈਨੂੰ ਗੁੱਸਾ ਆਉਂਦਾ ਕੂਕਾ ਕੌਣ ਜੱਟਾਂ ਦਾ ਮੁੰਡਾ ਮੈਂ ਤੇਰਾ ਗੁਰੂ ਕਿਹੜਾ ਜਿਹੜਾ ਬਾਬੇ ਨਾਨਕ ਦਾ ਸੀ ਸ਼ੁਰੂ ਤੋਂ ਮੈਂ ਤੁਸੀਂ ਯਕੀਨ ਮੰਨੋਗੇ ਵੀ ਅੱਜ ਮੇਰਾ ਭਤੀਜਾ ਛੋਟਾ ਇਹਦਾ ਬੇਟਾ ਇਹਨੂੰ ਘੱਟ ਹੈਗਾ ਉਹ ਲਿਖਦਾ ਹੁਣੇ ਤੋਂ ਅਤੇ ਮੈਂ ਵੀ ਉਹਦੇ ਵਾਂਗੂ ਛੋਟਾ ਹੁੰਦਾ ਹੀ ਖੂਨ 'ਚ ਸੀ ਸ਼ਾਇਦ 6-7 ਗਾਣੇ ਲਿਖ ਚੁੱਕਿਆ ਸੀਗਾ ਪੰਜਵੀਂ ਜਾਂ ਚੌਥੀ ਤੱਕ ਅਤੇ ਖੋ ਖੋ ਖੇਡਦਾ ਸੀ ਬਾਬਾ ਫਰੀਦ ਜੀ ਦੀ ਉੱਥੇ ਮੇਰੀ ਉਹ ਕਾਪੀ ਰਹਿ ਗਈ ਅਤੇ ਫਿਰ ਉਹ ਇੱਕ ਗੈਪ ਪਿਆ 10ਵੀਂ ਤੱਕ ਲਿਖਣ ਦਾ 7 ਗਾਣੇ ਸੀਗੇ ਉਹਨਾਂ 'ਚ ਯਾਦ ਆਉਂਦੇ ਹੁੰਦੇ ਆ ਕਦੋਂ 11ਵੀਂ ਤੋਂ ਫਿਰ ਦੁਬਾਰੇ ਸ਼ੁਰੂ ਹੋਇਆ 94 ਦਾ ਇਹ ਬਾਬੇ ਨੇ ਮੇਰੇ 'ਤੇ ਰੱਖਣਾ ਸੀਗਾ ਤਾਜ 94 ਦਾ ਆਲ ਇੰਡੀਆ ਯੂਨੀਵਰਸਿਟੀ ਗੋਲਡ ਐਜ਼ ਏ ਕੈਪਟਨ ਨਾ ਕਿ ਪਲੇਅਰ ਸਪੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੈਂ ਆਲ ਇੰਡੀਆ ਯੂਨੀਵਰਸਿਟੀ ਗੋਲਡ ਮੇਰੀਆਂ 4 ਸਰਵਿਸਾਂ ਨੇ ਅੱਜ ਮੇਰੇ ਨਾਲ ਦੇ ਪ੍ਰੋ ਕਬੱਡੀ ਜੇ ਦੇਖਦੇ ਹੋ ਤਾਂ ਰਾਮੇਅਰ ਵਰਗੇ ਮੇਰੇ ਨਾਲ ਦੇ ਮੁੰਡੇ ਨੇ ਜਿਹੜੇ ਅਰਜਨ ਅਵਾਰਡ ਨੇ ਕੋਈ ਪੈਨਸ਼ਨ ਆਇਆ ਹੋਇਆ ਕੈਪਟਨ ਹੈ ਕੋਈ ਘੱਟੋ ਘੱਟ ਅਤੇ ਜਿਹੜੇ ਮੇਰੇ ਪਿੱਛੇ ਵੀ ਉਦੋਂ ਜਲੰਧਰ ਮੈਂ ਸਪੋਰਟਸ ਪੜ੍ਹਿਆ ਵਾਂ ਜਿਹੜੇ ਮੇਰੇ ਪਿੱਛੇ ਹੀ ਪੜ੍ਹਦੇ ਸੀ SH ਤੋਂ ਘੱਟ ਕੋਈ ਨਹੀਂ ਚਾਹੇ ਉਹ ਹੈਂਡਬਾਲ ਦਾ ਚਾਹੇ ਕਿਸੇ ਹੋਰ ਗੇਮ ਦਾ ਕਿਸੇ ਵੀ ਮਤਲਬ ਅੱਛੇ ਅੱਛੇ ਅਹੁਦਿਆਂ 'ਤੇ ਨੇ ਲੇਕਿਨ ਮਹਾਰਾਜ ਨੇ ਮੇਰੀ ਇੱਕ ਡਿਊਟੀ ਲਾਈ ਹੋਈ ਸੀ ਇਹ ਇਹਦਾ ਜਿਹੜਾ ਮੇਰਾ ਅਕਸਰ ਹੀ ਮੈਂ ਕਹਿੰਦਾ ਹੁੰਦਾ ਵੀ ਇਹਦਾ ਕੋਈ ਕੁਛ ਦੇ ਨਹੀਂ ਸਕਦਾ ਚਾਹੇ ਨਸ਼ਿਆਂ ਵਾਲੇ ਪਾਸੇ ਕਹਿ ਦੇਣ ਗੁਰਨਾਮ ਇੱਧਰ ਨੂੰ ਹੋ ਗਿਆ ਜਾਂ ਉੱਧਰ ਹੋ ਗਿਆ ਕੰਮ ਇਹਨੇ ਕਰ ਲਿਆ ਪੀਣ ਲੱਗ ਗਿਆ ਖਾਣ ਲੱਗ ਗਿਆ ਬਾਬਾ ਨਾਨਕ ਜੀ ਨੇ ਕਿਹਦੇ ਕਿਤੋਂ ਪੈਸੇ ਲਏ ਜਿੰਨਾ ਗੁਰੂ ਸਾਹਿਬਾਂ ਨੇ ਲਿਖਿਆ ਨੇ ਅੱਜ ਕਿੰਨੀ ਦੁਨੀਆਂ ਖਾ ਰਹੀ ਹੈ ਦੇਖੋ ਕਿੰਨੀ ਦੁਨੀਆਂ ਕੋਈ ਕੀਰਤਨ ਕਰ ਰਿਹਾ ਹੈ ਕੋਈ ਪ੍ਰਚਾਰ ਕਰ ਰਿਹਾ ਹੈ ਕੋਈ ਕਿਸੇ ਢੰਗ ਨਾਲ ਕੁਛ ਕਰ ਹੈ ਨਾ ਲੇਕਿਨ ਉਹਨਾਂ ਦਿਨਾਂ 'ਚ ਉਹਨੂੰ ਵੀ ਇਹ ਕਹਿੰਦੇ ਹੁੰਦੇ ਸੀ ਬਾਬੇ ਨਾਨਕ ਨੂੰ ਵੀ ਕਹਿੰਦੇ ਸੀ ਅਤੇ ਮੈਂ ਦੋ ਲਾਈਨਾਂ ਲਿਖੀਆਂ ਵੀ ਤੂੰ ਕਿਹੜੇ ਖੇਤ ਦੀ ਮੂਲੀਆਂ ਬਾਬਾ ਨਾਨਕ ਨੂੰ ਬਖਸ਼ਿਆ ਤੂੰ ਕਿਹੜੇ ਖੇਤ ਦੀ ਇੱਥੇ ਉਹਨੂੰ ਨਹੀਂ ਬਖਸ਼ਿਆ ਉਹਨੂੰ ਕੁਰਾਈਆ ਬੇਤਾਲਾ ਬੇਸ ਇਹਨੇ ਬੰਦੇ ਨੇ ਪਤਾ ਨਹੀਂ ਕੈਸੇ ਕੈਸੇ ਸਾਇੰਸ ਅੱਜ ਉੱਥੇ ਪਹੁੰਚੀ ਹੈ ਜਿੱਥੇ ਉਹ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਪਹੁੰਚਿਆ ਬਾਈ ਜੀ ਗੁਰਨਾਮ ਬਾਈ ਨੇ ਤਾਂ ਕਈ ਆਪਣੀ ਸ਼ਾਇਰੀ ਦੇ ਨਮੂਨੇ ਪੇਸ਼ ਕਰਤੇ ਆ ਕੁਛ ਨਾ ਕੁਛ ਤੁਸੀਂ ਵੀ ਕਰਦੇ ਹੋ ਮੈਂ ਰਿਕਾਰਡ ਹੋ ਕੋਈ ਵੀ ਜੋ ਕੁਛ ਤਾਜ਼ਾ ਲਿਖਿਆ ਕੋਈ ਪੁਰਾਣਾ ਅਨਰਿਕਾਰਡਡ ਗੱਲ ਸੁਣਾ ਮੈਂ ਸੁਣਾਉਣਾ ਫਿਰ ਉਹੀ ਮੈਂ ਪਿੱਛੇ ਜੇ ਕਮਲ ਭਾਜੀ ਨੂੰ ਭੇਜਿਆ ਸੀ ਗਾਣਾ ਉਹਨਾਂ ਨੂੰ ਪਸੰਦ ਵੀ ਆ ਪਹਿਲੀ ਦੂਜੀ ਵਾਲੀ ਮੈਨੂੰ ਗੱਲ ਯਾਦ ਨਹੀਂ ਭੁੱਲਿਆ ਕਦੇ ਮੈਂ ਕੁਝ ਉਦੋਂ ਬਾਅਦ ਨਹੀਂ ਤੀਜੀ ਵਿੱਚ ਬੋਰੀ ਵਾਲਾ ਝੋਲਾ ਹੁੰਦਾ ਸੀ ਪੜਦਾ ਸੱਦੇ ਕਾ ਨਾਲ ਬੋਲਾ ਹੁੰਦਾ ਸੀ ਚੌਥੀ ਵਿੱਚ ਫੱਟੀ ਜਦੋਂ ਨਵੀਂ ਲਈ ਸੀ ਬੋਲੇ ਦੇ ਸਿਰ ਚ ਮੈਥੋਂ ਜੜੀ ਗਈ ਸੀ ਸ਼ਾਮੀ ਚੰਦ ਚਾਚਾ ਲਾਂਭਾ ਲੈ ਕੇ ਆਇਆ ਸੀ ਕੁੱਟ ਬਾਪੂ ਦੀ ਤੋਂ ਬੇਬੇ ਨੇ ਬਚਾਇਆ ਸੀ ਪੰਜਵੀਂ ਚ ਪੈਂਟ ਮੈਂ ਨਵੀਂ ਲਈ ਸੀ ਛੇਵੀਂ ਤੱਕ ਫਿਰ ਉਹ ਹਟਾਉਣੀ ਪਈ ਸੀ ਸੱਤਵੀਂ ਚ ਸਾਈਕਲ ਬਾਪੂ ਨੇ ਲੈ ਦਿੱਤਾ ਪੜਿਆ ਵੀ ਕਰਕਾ ਘਾਈ ਵੀ ਕਹਿ ਦਿੱਤਾ ਨੌਵੀਂ ਵਿੱਚ ਥੋੜਾ ਜਿਹਾ ਉਡਾਰ ਹੋ ਗਿਆ ਦਸਵੀਂ ਚ ਖੇਡਾਂ ਨਾਲ ਪਿਆਰ ਹੋ ਗਿਆ ਬਾਪੂ ਉਦੋਂ ਬੜਾ ਹੀ ਨਿਰਾਸ਼ ਹੋਇਆ ਸੀ 100 ਚੋਂ 33 ਲੈ ਕੇ ਜਦੋਂ ਪਾਸ ਹੋਇਆ ਸੀ
ਬੁਲਟ ਤੇ ਬਿਠਾ ਕੇ ਜਦੋਂ ਲਾਈ ਗੇੜੀ ਸੀ, ਮੇਰੇ ਪਿੱਛੇ ਬੈਠੀ ਫੁਕਰਿਆ ਨੇ ਛੇੜੀ ਸੀ। ਦੂਜੇ ਦਿਨ ਉਹੀ ਘੇਰ ਘੇਰ ਕੁੱਟੇ ਸੀ, ਕਈਆਂ ਦੇ ਤਾਂ ਸਿਰ ਹੀ ਮੈਂ ਪਾੜ ਸੁੱਟੇ ਸੀ। ਬਾਪੂ ਦਾ ਸੀ ਵੱਧ ਗਿਆ ਹੋਰ ਖਰਚਾ, ਪੁਲਿਸ ਨੇ ਦਿੱਤਾ ਜਦੋਂ ਠੋਕ ਪਰਚਾ, ਜਿਹਦੇ ਪਿੱਛੇ ਜ਼ਿੰਦਗੀ ਤਬਾਹ ਕਰ ਲਈ, ਉਹਨੇ ਸੀ ਬਲੈਤ ਦੀ ਫਲੈਟ ਫੜ ਲਈ। ਹੁਣ ਸ਼ਹਿਬਾਜ਼ ਬੈਠਾ ਪਛਤਾਉਂਦਾ ਏ, ਦੁੱਖ ਬੈਠਾ ਫਿਲਹਾਲ ਲਈ ਚੱਲਦੇ ਆਪਣੀ ਪ੍ਰਤੀਕਿਰਿਆ ਇਸ ਕਿਸ਼ਤ ਦੇ ਲਈ ਜ਼ਰੂਰ ਸਾਡੇ ਤੱਕ ਪਹੁੰਚਾਇਓ, ਦੋਵਾਂ ਨੂੰ ਦਿਓ ਇਜਾਜ਼ਤ, ਨਾਲ ਦੋਵਾਂ ਬਾਈਆਂ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਤੁਸੀਂ ਦੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।